ਹਾਂਜੀ ਦੋਸਤੋ, ਅਸਲਾਮ ਵਾਲੇਕਮ। ਕੀ ਹਾਲ ਚਾਲ ਹੈ? ਹੋਰ ਸੁਣਾਓ, ਸਿਹਤਾਂ ਤਬੀਤਾਂ ਕੈਸੀਆਂ ਨੇ ਅਤੇ ਕੀ ਚੱਲ ਰਿਹਾ? ਘਰ 'ਚ ਬੈਠੇ ਬੈਠੇ ਸਾਰੇ ਬੰਦੇ ਮੇਰੇ ਖਿਆਲ ਨਾਲ ਬੋਰ ਹੋ ਗਏ ਹੋਣੇ ਨੇ, ਕਿਉਂਕਿ ਕੁਛ ਹਾਲਾਤ ਵੀ ਇਸ ਤਰ੍ਹਾਂ ਦੇ ਹੀ ਬਣੇ ਦੇ ਨੇ। ਚਲੋ, ਅੱਲਾਹ ਸਭ 'ਤੇ ਆਪਣਾ ਕਰਮ ਕਰੇ, ਸਭ ਭਰਾਵਾਂ 'ਤੇ, ਸਭ ਦੋਸਤਾਂ 'ਤੇ। ਸਭ ਦੂਸਰਾ ਇੱਕ ਦਫਾ ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣੇ ਆਪਣੇ ਗਰੁੱਪਾਂ 'ਚ। ਇੰਡੀਆ ਦਾ ਜਿਹੜਾ ਵੇ ਗਰੁੱਪ, ਉਹਦੇ 'ਚ ਮੈਂ ਬੈਨ ਨਹੀਂ, ਆਪਣੇ ਸਾਰੇ ਗਰੁੱਪਾਂ 'ਚ ਬੈਨ ਹਾਂ ਮੈਂ। ਵੇਖੋ ਕਿ ਐਡਮਨ ਦੀ ਪਰਮਿਸ਼ਨ ਤੋਂ ਬਗੈਰ ਪੋਸਟ ਵੀ ਨਹੀਂ ਉੱਥੇ ਜਾਣੀ ਮੇਰੀ ਲਾਈਵ ਦੀ। ਤੂੰ ਇੰਡੀਆ ਵਾਲਾ, ਉਹਦੇ 'ਚ ਫੌਰਨ ਟੁਰ ਗਈ ਹੈ। ਸਾਹਿਬ ਜੀ ਵਾਲਕਮ ਅਸਲਾਮ, ਕੀ ਹਾਲ ਚਾਲ ਹੈ ਜੀ? ਹੋਰ ਸੁਣਾਓ, ਸਿਹਤਾਂ ਤਬੀਤਾਂ ਕੈਸੀਆਂ ਨੇ? ਅਤੇ ਫੂਲ ਅਲੀ, ਕੀ ਹਾਲ ਹੈ ਜੀ? ਠੀਕ ਹੋ ਜੀ? ਸ਼ਹਿਬਾਜ਼ ਮਲਿਕ ਸਾਹਿਬ ਜੀ, ਉਹ ਕਿਉਂ, ਕੀ ਕਰੀਏ ਯਾਰ, ਦੋ ਨੰਬਰੀਆਂ ਆਪਣੀ ਆਪਣੀ ਦਾਲ ਰੋਟੀ ਖਿੱਚਣ ਲਈ ਲੱਗੇ ਰਹਿੰਦੇ ਨੇ। ਉਹਨਾਂ ਨੂੰ ਪਤਾ ਮੇਰੀ ਵੀਡੀਓ ਉਹਨਾਂ ਦੇ ਗਰੁੱਪ 'ਚ ਜੇ ਲਾਈਵ ਹੋ ਗਈ ਤਾਂ ਜਿਹੜੇ ਉਹਨਾਂ ਦੇ ਉੱਥੇ ਗਰੁੱਪ 'ਚ ਮੈਂਬਰ ਨੇ ਉਹ ਸੁਣ ਲੈਣਗੇ, ਜਿਹੜੀਆਂ ਦਾਲ ਰੋਟੀਆਂ ਜਾਂ ਫਰਾਡੀਆਂ ਨੇ ਉਹ ਮੁੱਕ ਜਾਣਗੀਆਂ। ਇਹੀ ਹੁੰਦਾ, ਕਿਉਂਕਿ ਅਸਾਂ ਤਾਂ ਪੂਰਾ ਅਨਾਲਿਸਿਸ ਕਰ ਛੱਡਣਾ ਹੁੰਦਾ ਨਾ ਚੀਜ਼ ਦਾ, ਅਤੇ ਫਿਰ ਚੱਲਦੇ ਨੇ ਇਸ ਚੀਜ਼ ਤੋਂ ਕਿ ਜਿਹੜੇ ਬਹਿ ਕੇ ਪੈਸੇ ਕਮਾਉਣ ਦੇ ਚੱਕਰਾਂ 'ਚ ਹੁੰਦੇ ਨੇ, ਖਿਲਾੜੀਆਂ ਨੂੰ ਲੁੱਟਣ ਦੇ ਚੱਕਰਾਂ 'ਚ ਹੁੰਦੇ ਨੇ, ਜਿਹੜੇ ਫਿਰ ਉਹ ਡਾਕਾ ਜਨੀਆਂ, ਲੂਟ ਖਸੂਟ ਬੰਦ ਹੋ ਜਾਂਦੀ। ਆਵਾਜ਼ ਨਹੀਂ ਆ ਰਹੀ ਮੇਰੀ ਜੀ? ਇਹ ਪੁੱਛ ਰਹੇ ਨੇ ਕਿ ਜੀ ਕਿਸ ਤਰ੍ਹਾਂ ਕਿਉਂ ਬੈਨ ਕੀਤਾ ਦਾ, ਠੀਕ ਹੈ, ਆਵਾਜ਼ ਮੇਰੀ ਆ ਰਹੀ ਹੈ? ਤੁਹਾਨੂੰ ਕੋਈ ਇਸ਼ੂ ਹੋਣਾ? ਹੁਣ ਦੇਖੋ, ਹਾਂ ਕਾਮਰਨ ਰਫੀਕ ਸਾਹਿਬ ਜੀ, ਅਲੀ ਮਹਿਰ ਸੱਲਾ ਪਾਕ ਅਕਰਮ ਹੈ ਜੀ, ਆਪ ਸੁਣਾਓ ਜੀ। ਏ ਵਨ ਫਸਟ ਕਲਾਸ ਜੀ, ਸਭ ਅੱਲਾਹ ਦਾ ਸ਼ੁਕਰ ਹੈ। ਮੁਨਸਬ ਮੁਸ਼ਤਾਕ ਚੀਮਾ ਸਾਹਿਬ ਜੀ, ਵਾਲਕਮ ਅਸਲਾਮ ਜੀ, ਬਹੁਤ ਸ਼ੁਕਰੀਆ ਜਨਾਬ। ਯੂਟਿਊਬ ਚੈਨਲ ਨੂੰ ਸ਼ੇਅਰ ਕਰ ਦਿੰਦੇ ਹਾਂ, ਥੋੜ੍ਹਾ ਜਿਹਾ ਪੋਸਟ ਕਰਦੇ ਹਾਂ ਤਾਂ ਤੁਸੀਂ ਸ਼ੇਅਰ ਕਰੋ, ਸਬਸਕ੍ਰਾਈਬ ਵੀ ਕਰੋ ਅਤੇ ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ, ਕਿਉਂਕਿ ਮੈਂ ਰੋਕਿਆ ਤਾ ਕੰਮ ਜਿਹੜਾ ਤੁਹਾਨੂੰ ਦੱਸਣਾ ਭਾਰਕ ਹੁੰਦੇ ਦੇ ਬਾਰੇ 'ਚ, ਕਿਉਂਕਿ ਗਰੁੱਪਾਂ 'ਚ ਤਾਂ ਤੁਸੀਂ ਅਕਸਰ ਸੁਣਿਆ ਹੁੰਦਾ, ਦੋ ਤਿੰਨ ਲਫਜ਼ ਨੇ ਜਿਹੜੇ ਬੜੇ ਰੱਟੇ ਨੇ ਅਤੇ ਸਿਰਫ ਉਹੀ ਸੁਣਾਉਂਦੇ ਨੇ, ਤਲਵਾਰ ਨਵਾਂ ਪਰ, ਤੀਰ ਨਵਾਂ ਪਰ, ਖੰਜਰ ਨਵਾਂ ਪਰ, ਤੋਂ ਦੀ ਡੈਫੀਨੇਸ਼ਨ ਨਹੀਂ ਕੋਈ ਵੀ ਦੱਸਦਾ, ਕਿਉਂਕਿ ਉਹਨਾਂ ਨੂੰ ਮੈਜਾਰਟੀ 'ਚ ਪਤਾ ਹੀ ਨਹੀਂ ਹੁੰਦਾ, ਸਿਰਫ ਗੱਲ ਸੁਣੀ ਦੀ ਹੁੰਦੀ ਹੈ। ਤੁਹਾਡੇ ਨਾਲ ਸ਼ੇਅਰ ਕਰਾਂਗੇ, ਜ਼ਰਾ ਵੀਵਰਸ਼ਿਪ ਮੇਰੀ ਉਤਲ ਚੱਲ ਹੈ ਜ਼ਿਆਦਾ ਯੂਟਿਊਬ ਉੱਤੇ, ਫਿਰ ਤੁਹਾਨੂੰ ਸਾਰੀ ਡਿਟੇਲ ਇਨਸ਼ਾਅੱਲਾ ਦੱਸਾਂਗੇ ਵੀ ਅਤੇ ਸਮਝਾਵਾਂਗੇ ਵੀ। ਅਤੇ ਉਹਦੇ 'ਤੇ ਅਸੀਂ ਦਾਣੇ ਪਾਣੀ ਦਾ ਵੀ ਕਰਨਾ, ਜਿਹੜਾ ਨੁਸਖਾ ਤੁਹਾਡੇ ਸਾਹਮਣੇ ਬਣਾਵਾਂ ਕਰਾਂਗੇ। ਕਾਮਰਾਨ ਰਫੀਕ ਸਾਹਿਬ, ਆਪਣਾ ਜ਼ਰਾ ਤੁਸੀਂ ਨਾ ਬਰਾਏ ਮਿਹਰਬਾਨੀ ਇੱਕ ਦਫ਼ਾ ਆਪਣਾ ਮੋਬਾਈਲ ਰੀਸਟਾਰਟ ਕਰਕੇ ਜੁਆਇਨ ਕਰੋ, ਤੁਹਾਡੀ ਆਵਾਜ਼ ਆ ਜਾਏਗੀ ਇਨਸ਼ਾਅੱਲਾ। ਚੌਧਰੀ ਮੁਹੰਮਦ ਅਫਜ਼ਲ ਸਾਹਿਬ ਜੀ, ਤਸਵੀਰ ਸੈਂਡ ਕੀ ਥੀ ਵਟਸਐਪ ਪਰ, ਤਾਂ ਦੇਖੀ ਹੋਣੀ ਹੈ ਜੀ, ਮੇਰੇ ਰਾਤੀ ਕਿਸੇ ਨੇ ਕੀਤੀਆਂ ਸਨ ਜਾਂ ਕੀਤੀਆਂ ਸਨ, ਉਹਦੇ ਵਿੱਚ ਇੱਕ ਤਸਵੀਰ ਹੈ ਜਿਹਦੇ 'ਚ ਕੁਛ ਸੱਤ ਅੱਠ ਤਸਵੀਰਾਂ ਨੇ, ਉਹ ਮੈਂ ਨਹੀਂ ਅਜੇ ਚੈੱਕ ਕੀਤੀ, ਮੈਂ ਵੇਖੀਆਂ ਹੈ ਨੇ ਕਿ ਆਈਆਂ ਦੀਆਂ ਨੇ। ਸ਼ਹਿਬਾਜ਼ ਮਲਿਕ ਸਾਹਿਬ, ਬਿਲਕੁਲ ਜੀ, ਜਲਨੇ ਵਾਲੇ ਕਾ ਮੂੰਹ ਕਾਲਾ। ਰਾਣਾ ਨਵਾਜ਼ ਸਾਹਿਬ ਜੀ, ਵਾਲਕਮ ਅਸਲਾਮ, ਕੀ ਹਾਲ ਚਾਲ ਹੈ ਜੀ? ਹੁਣ ਆ ਰਹੀ ਹੈ, ਠੀਕ ਹੋ ਗਿਆ ਜੀ। ਜ਼ੁਬੈਰ ਮਲਿਕ ਜ਼ੇਬੀ ਸਾਹਿਬ ਜੀ, ਵਾਲਕਮ ਅਸਲਾਮ। ਮੁਨਸਬ ਮੁਸ਼ਤਾਕ ਚੀਮਾ ਸਾਹਿਬ, ਬਾਈ ਜਾਨ, ਅਗਰ ਕਬੂਤਰ ਕੀ ਹੱਡੀ ਛੋਟੀ ਹੋ ਤੋ ਵੋ ਕੈਸਾ ਰਹੇਗਾ? ਇਹ ਗੱਲ ਆਈ ਹੈ ਨਾ, ਟੈਕਨੀਕਲ ਗੱਲਾਂ ਇਹ ਹੁੰਦੀਆਂ ਨੇ
ਤੁਸੀਂ ਹੁਣ ਪੁੱਛੀ ਹੈ ਟੈਕਨੀਕਲ ਗੱਲ, ਤੁਹਾਨੂੰ ਦੱਸਣਾ ਦੋ ਚੀਜ਼ਾਂ ਹੁੰਦੀਆਂ ਨੇ, ਉਹਨਾਂ ਨੂੰ ਜ਼ਿਹਨ 'ਚ ਰੱਖਣਾ ਸਾਰੀ ਜ਼ਿੰਦਗੀ। ਪਹਿਲੇ ਪਰਿੰਦੇ ਦਾ ਵਜੂਦ ਦੇਖੀਦਾ, ਵਜੂਦ ਦੇਖੀਦਾ ਕਿ ਵਜੂਦ ਕਿੱਡਾ ਹੈ ਉਹਦਾ, ਠੀਕ ਹੈ ਜੀ। ਕਿਆ ਵਜੂਦ ਵੀ ਛੋਟਾ ਜਾਂ ਵਜੂਦ ਵੱਡਾ ਅਤੇ ਹੱਡੀ ਛੋਟੀ ਹੈ, ਠੀਕ ਹੈ। ਜੇ ਤਾਂ ਵਜੂਦ ਵੱਡਾ ਅਤੇ ਹੱਡੀ ਛੋਟੀ ਹੈ, ਤੁਹਾਨੂੰ ਜੋੜਿਆਂ 'ਚ ਨਹੀਂ ਪਾਈਦਾ, ਠੀਕ ਹੈ। ਅਤੇ ਜੇ ਪਰਿੰਦੇ ਦਾ ਵਜੂਦ ਹੀ ਛੋਟਾ ਤਾਂ ਉਹਦੇ ਹਿਸਾਬ ਨਾਲ ਹੱਡੀ ਜਿਹੜੀ ਮੁਨਾਸਬ ਹੈ, ਤੁਹਾਡੀ ਹੱਡੀ ਭਾਵੇਂ ਕਬੂਤਰ ਛੋਟਾ ਵੀ ਹੋਏ, ਚਾਰ ਉਂਗਲੀਆਂ ਹੱਡੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜੇ ਛੋਟੇ ਵਜੂਦ ਦਾ ਤਾਂ ਤਿੰਨ ਉਂਗਲਾਂ ਹੋਈਏ ਕੋਈ ਮਸਲਾ ਨਹੀਂ, ਸਿਰਫ ਇਹ ਵੇਖੋ ਕਿ ਹੱਡੀ ਜੋੜ 'ਚ ਫਾਸਲਾ ਕਿੰਨਾ ਕੁ ਹੈ, ਠੀਕ ਹੈ ਜੀ। ਹੱਡੀ ਦਾ ਅਤੇ ਜੋੜ ਦਾ ਫਾਸਲਾ ਜ਼ਿਆਦਾ ਤਾਂ ਨਹੀਂ, ਇੱਕ ਉਂਗਲੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਤੁਹਾਡੀ ਇੱਕ ਉਂਗਲੀ ਆਉਣੀ ਚਾਹੀਦੀ, ਇੱਕ ਉਂਗਲੀ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕੰਮ ਹੋ ਜਾਵੇ, ਨਰਾਂ ਦਾ ਬਿਲਕੁਲ ਨਾਲ ਬੰਦ ਵੀ ਹੋ ਜਾਵੇ ਤਾਂ ਕੋਈ ਮਸਲਾ ਨਹੀਂ। ਮਾਦੀਆਂ ਜਿਹੜੀਆਂ ਨੇ ਉਹਨਾਂ ਦਾ ਹੱਡੀ ਅਤੇ ਜੋੜ ਆਪਸ 'ਚ ਜੁੜਿਆ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਉਹਦੇ ਨਾਲ ਹੈ ਕਿ ਜਿੰਨਾ ਹੱਡੀ ਜੋੜ ਜੁੜਿਆ ਹੋਵੇਗਾ ਆਪਸ 'ਚ, ਉਹਦੇ ਨਾਲ ਉਹਨਾਂ ਦੀ ਅੰਡੇ ਬੰਦ ਹੋਣ ਦੀ ਜ਼ਿਆਦਾ ਚਾਂਸ ਹੁੰਦੇ ਨੇ ਕਿ ਅੰਡਿਆਂ ਤੋਂ ਮਾਦਾ ਬੰਦ ਹੋਏਗੀ। ਇਸ ਵਾਸਤੇ ਮਾਦਾ ਜਿਹੜੀ ਹੈ ਨਾ ਉਹ ਜ਼ਿਆਦਾ ਉਹਦਾ ਜੋੜ ਅਤੇ ਹੱਡੀ ਕਲੋਜ਼ ਨਹੀਂ ਹੋਣੀ ਚਾਹੀਦੀ ਜੀ। ਰਾਣਾ ਨਵਾਜ਼ ਸਾਹਿਬ ਕਿਆ ਹਾਲ ਹੈ ਬਾਈ, ਨਾਈਸ ਜੀ, ਸ਼ੌਂਕੀ ਜੱਟ ਜੀ, ਬਹੁਤ ਸ਼ੁਕਰੀਆ ਜਨਾਬ। ਯਾਰ ਉਸਤਾਦ ਨਾ ਆਖਿਆ ਕਰੋ, ਜੇ ਮੈਂ ਉਸਤਾਦ ਨਹੀਂ ਹੈ, ਜਦੋਂ ਬਣਾਂਗਾ ਉਦੋਂ ਮੈਂ ਕਾਂ ਕਰਾਂਗਾ ਭਾਅ ਜੀ, ਮੇਰੇ ਨਾਂ ਨਾਲ ਉਸਤਾਦ ਲਾਓ, ਕੈਲੰਡਰ ਛਪਵਾ ਕੇ ਤਾਂ ਉਸਤਾਦ ਲਾਵਾਂਗੇ ਨਾਲ। ਐਸਾ ਉਸਤਾਦ ਨਾਲ ਲਾਇਆ ਕਰੋ, ਐਂ ਜੀ ਚੱਲਣ ਦਿਓ, ਕਿਉਂਕਿ ਜਦੋਂ ਮੇਰੇ ਨਾਂ ਨਾਲ ਉਸਤਾਦ ਲੱਗ ਗਿਆ ਤਾਂ ਫਿਰ ਮੇਰੀ ਵੀ ਧੌਂ 'ਚ ਸਰੀਆ ਆ ਜਾਣਾ, ਮੈਂ ਵੀ ਤੁਹਾਨੂੰ ਕੱਖ ਨਹੀਂ ਦੱਸਣਾ ਕਰਨਾ, ਕੋਈ ਗੱਲ ਸ਼ੇਅਰ ਨਹੀਂ ਕਰਨੀ, ਲਪੇਟ ਕੇ ਛਾਬਰ 'ਚ ਜੇਬ 'ਚ, ਸਮਝ ਗਏ ਹੋ। ਅਲੀ ਮਹਿਰ ਸਾਹਿਬ ਕਰ ਬਾਈ ਜਾਨ, ਕਬੂਤਰ ਕੇ ਸਿਆਨ ਕੇ ਬਾਰੇ ਮੇਂ ਬਤਾਏ ਕਿ ਕਬੂਤਰ ਕਾ ਪਤਾ ਕੈਸੇ ਲਗੇ ਕਿ ਉਸ ਮੇਂ ਸਿਆਨ ਜ਼ਿਆਦਾ ਹੈ। ਯਾਰ ਹਕੀਕਤ ਹੈ ਵੇ ਕਿ ਸਾਰੀਆਂ ਥਿਊਰੀਆਂ ਇੱਥੇ ਪੁੱਠੀਆਂ ਨੇ, ਜਿਹੜੀ ਥਿਊਰੀ ਅਸੀਂ ਪੜ੍ਹਦੇ ਹੁੰਦੇ ਹਾਂ ਉਹ ਕਬੂਤਰ ਛੋਏ ਵੀ ਤਾਂ ਕਬੂਤਰ ਨਹੀਂ ਵਾਪਸ ਆਉਂਦਾ, ਜਿਹੜੀ ਸਾਡੇ ਜ਼ਿਹਨ 'ਚ ਵੀ ਨਹੀਂ ਹੁੰਦੀ ਕਬੂਤਰ ਉਹ ਵੀ ਵਾਪਸ ਆ ਜਾਂਦਾ। ਮਗਰ ਚੈਨਲ ਮੇਰਾ ਯੂਟਿਊਬ ਸਬਸਕ੍ਰਾਈਬ ਕਰੋ ਅਤੇ ਸਾਰਾ ਕੁਝ ਸ਼ੇਅਰ ਹੋਏਗਾ ਤੁਹਾਡੇ ਨਾਲ, ਦੱਸਾਂਗੇ ਇੰਝ ਤੁਹਾਨੂੰ ਦੱਸਾਂਗੇ ਤਾਂ ਬੜੀ ਦੁਨੀਆ ਖੋਚਲ ਅਤੇ ਸਿਆਣੀ, ਉਹਨਾਂ ਚੁੱਕ ਕੇ ਆਪਣੇ ਯੂਟਿਊਬ ਚੈਨਲ 'ਤੇ ਸੁੱਟਣਾ ਅਤੇ ਨਾਂ ਲਾਉਣਾ ਫਲਾਣੇ ਉਸਤਾਦ, ਫਲਾਣੇ ਉਸਤਾਦ, ਦਾਦਾ ਉਸਤਾਦ, ਪੜਦਾਦਾ ਉਸਤਾਦ, ਅੱਗੋਂ ਝਗੜ ਦਾਦਾ ਵੀ ਉਸਤਾਦ ਅਤੇ ਮਾਮੇ ਵੀ ਉਸਤਾਦ, ਘਰੇ ਦੇ ਨੁਸਖੇ ਬਣਾਉਂਦੇ ਨੇ ਫਿਰ ਲੋਕ, ਸਮਝ ਗਏ ਹੋ। ਇਸ ਵਾਸਤੇ ਮੇਰੇ ਯੂਟਿਊਬ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਲਾਜ਼ਮ ਦਬਾਓ, ਅਤੇ ਉਹਦੇ ਨਾਲ ਇਸ ਤਰ੍ਹਾਂ ਹੋਏਗਾ ਕਿ ਤੁਹਾਨੂੰ ਸਾਰੇ ਨੁਸਖੇ ਵੀ ਦੱਸਾਂਗੇ, ਸਾਰੀ ਸ਼ੇਅਰਿੰਗ ਹੋਏਗੀ ਤੁਹਾਡੇ ਨਾਲ, ਬਰੀਡਿੰਗ ਦੇ ਬਾਰੇ 'ਚ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਰੀ ਉਹਦੇ 'ਤੇ ਹੀ। ਅਤੇ ਈਵਨ ਕਿ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਉਹਦੇ 'ਤੇ ਇਨਸ਼ਾਅੱਲਾ। ਮਾਦੀ ਅੰਡੇ ਛੋਟੇ ਦਿੱਤੀ ਹੈ, EVN ਕੈਪਸੂਲ ਦਿਓ ਜੀ 200 mg ਦਾ, ਸਬਜ਼ ਕਲਰ ਦਾ ਹੁੰਦਾ ਉਹ ਦਿਓ, ਕਮ ਅਜ਼ ਕਮ ਇੱਕ ਪੱਤਾ ਲਾਜ਼ਮ ਖਾਓ, ਠੀਕ ਹੋ ਜਾਏਗਾ। ਅੰਡੇ ਬੰਦ ਹੋਣ, ਅੰਡੇ ਛੋਟੇ ਦਿੰਦੇ ਹੋਏ, ਮਾਦੀ ਕੱਚੇ ਅੰਡੇ ਦਿੰਦੀ ਹੋਏ, ਕਮਜ਼ੋਰ ਹੋਏ ਅੰਡੇ, ਛਿਲਕਾ ਟੁੱਟ ਜਾਂਦਾ ਹੋਏ, EVN ਦਿਓ, ਇਨਸ਼ਾਅੱਲਾ ਠੀਕ ਹੋ ਜਾਏਗਾ। ਮਹਿਰਾਜ ਬੇਗ ਸਾਹਿਬ ਜੀ, ਵਾਲਕਮ ਅਸਲਾਮ। ਮਹਿਰਾਜ ਵੀ ਮੈਂ ਬੜੇ ਦਿਨ ਹੋਏ ਨੇ, ਮੈਂ ਯਾਦ ਕਰ ਰਿਹਾ ਸਾਂ, ਮੈਂ ਕਹਿੰਦਾ ਸਾਂ ਮਹਿਰਾਜ ਬਾਈ ਨਹੀਂ ਆਨਲਾਈਨ ਹੁੰਦੇ ਪਏ, ਅੱਜ ਆ ਹੀ ਗਏ ਹੋ ਤੁਸੀਂ ਵੇਖ ਲਓ, ਕਿਉਂਕਿ ਕਸ਼ਮੀਰ ਤੋਂ ਕਰਸ਼ਦ ਬਾਈ ਨੇ ਉਹ ਵੀ ਜੁਆਇਨ ਕਰਦੇ ਨੇ ਸਾਨੂੰ ਵਟਸਐਪ 'ਤੇ ਵੀ, ਮੈਨੂੰ ਅਕਸਰ ਮੈਸੇਜ ਡੇਲੀ ਕਰਦੇ ਨੇ ਪਏ ਤਕਰੀਬਨ ਉਹ ਵੀ। ਰਾਣਾ ਨਵਾਜ਼ ਸਾਹਿਬ ਜੀ, ਅਮਾਰ ਬਾਈ, ਅਮਾਰ ਨਹੀਂ ਯਾਰ, ਹੁਮੈਰ, ਹੁਮੈਰ HUMAIR, ਠੀਕ ਹੈ ਜੀ। ਕਬ ਵਕਾ ਵਾਪਸ, ਕਬ ਆ ਰਹੇ ਹੈ ਪਾਕਿਸਤਾਨ? ਅਮਰ ਬਾਈ ਕਬ ਆ ਰਹੇ ਹੈ ਵਾਪਸ? ਯਾਰ ਉਹਨਾਂ ਹੁਣ ਆਉਣਾ ਸੀ, ਮਗਰ ਉਹਨਾਂ ਦਾ ਉਹ ਇਸ਼ੂ ਬਣ ਗਿਆ ਸੀ, ਜਿਹੜਾ ਫਲਾਈਟਾਂ ਬੰਦ ਹੋ ਗਈਆਂ ਨੇ, ਅਤੇ ਇਸ ਵਾਸਤੇ ਉਹ ਮੇਰਾ ਖਿਆਲ ਹੁਣ ਕਿ ਕੋਈ ਮਹੀਨਾ ਡੇਢ ਦੋ ਮਹੀਨੇ ਤਿੰਨ ਮਹੀਨੇ ਠਹਿਰ ਕੇ ਆਉਣਗੇ ਇਨਸ਼ਾਅੱਲਾ। ਸਰ ਜੀ ਕੁਛ ਤੋਂ ਟਿਪ ਦਿਆਂਗੇ ਜੀ ਉੱਥੇ, ਪਰ ਇੱਥੇ ਨਹੀਂ ਟਿਪ ਦੇਣੀ, ਇੱਥੇ ਜਿੰਨਾ ਮੈਨੂੰ ਬੈਨ ਕੀਤਾ ਦਾ ਨਾ ਕਿ ਉਹਨਾਂ ਦੀ ਪਰਮਿਸ਼ਨ ਤੋਂ ਬਗੈਰ ਮੈਂ ਗਰੁੱਪ 'ਚ ਨਹੀਂ ਵੀਡੀਓ ਸ਼ੇਅਰ ਕਰ ਸਕਦਾ, ਪਹਿਲਾਂ ਉਹ ਸੁਣਦੇ ਨੇ, ਉਹ ਸੁਣ ਕੇ ਅਤੇ ਜਨਾਬ ਨਾਲ ਹੀ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਜੀ ਇਸ ਤਰ੍ਹਾਂ ਹੀ ਹੈ, ਕੈਂਕਰ ਕਾ ਇਲਾਜ ਜਨਾਬ, ਦੇਸੀ ਇਲਾਜ,
ਵਲੈਤੀ ਕਰਨਾ ਜੇ ਤਾਂ ਕੈਂਕਰ ਪਾਊਡਰ ਲੈ ਆਵੋ ਜਾ ਕੇ ਬਾਜ਼ਾਰੋਂ, ਮੇਰੇ ਖਿਆਲ 90 ਗ੍ਰਾਮ ਜਾਂ 100 ਗ੍ਰਾਮ ਦਾ ਹੁੰਦਾ ਪੈਕਟ, 100 ਗ੍ਰਾਮ ਨਹੀਂ ਸਾਰੀ, 20 ਜਾਂ 25 ਗ੍ਰਾਮ ਦਾ ਹੁੰਦਾ, 100 ਰੁਪਏ ਦਾ ਪੈਕਟ ਮਿਲਦਾ, ਉਹ ਲੈ ਆਵੋ। ਦੇਸੀ ਕਰਨਾ ਤਾਂ ਫਲੈਜਲ ਗੋਲੀ ਪੀਸ ਲਵੋ, ਪੱਤਾ ਲੈ ਕੇ ਪੀਸ ਕੇ ਪਾਊਡਰ ਕਰ ਲਓ ਚੁਟਕੀ ਸੁੱਟ ਛੜੀ, ਠੀਕ ਹੈ ਜੀ। ਮਲਕ ਸੁਭਾਨ ਸਾਹਿਬ ਜੀ, ਵਾਲਕਮ ਅਸਲਾਮ। ਨਈਮ ਗਿੱਲ ਸਾਹਿਬ ਜੀ, ਬਹੁਤ ਸ਼ੁਕਰੀਆ ਜਨਾਬ। ਗੁਲਜ਼ਾਰ ਅਹਿਮਦ ਸਾਹਿਬ ਜੀ, ਕੀ ਹਾਲ ਹੈ? ਏ ਵਨ ਫਸਟ ਕਲਾਸ ਜੀ, ਮਲਕ ਸੁਭਾਨ ਸਾਹਿਬ, ਕਿਆ ਹਾਲ ਹੈ ਜੀ? ਏ ਵਨ ਫਸਟ ਕਲਾਸ, ਅਲਹਮਦੁਲਿਲਾ। ਅਤੇ ਸ਼ਾਇਦ ਮਲਕ ਸਾਹਿਬ, ਈਵੀਐਨ ਕੈਪਸੂਲ ਕਿਤਨੇ ਦਿਨ ਦੇਣ? ਯਾਰ ਇੱਕ ਪੱਤਾ ਕਮ ਅਜ਼ ਕਮ ਇੱਕ ਪੱਤਾ ਦਿਓ, ਇੱਕ ਪੱਤਾ ਕਮ ਅਜ਼ ਕਮ ਦਿਓ, 10 ਦਿਨ। ਨਵੀਦ ਅਹਿਮਦ ਸਾਹਿਬ ਜੀ, ਬਹੁਤ ਸ਼ੁਕਰੀਆ ਜਨਾਬ। ਨਵੀਦ ਅਹਿਮਦ ਸਾਹਿਬ, ਪਾਤਸ਼ਾਹ ਡੋਗਰ ਸਾਹਿਬ ਜੀ, ਵਾਲੇਕਮ ਅਸਲਾਮ। ਏ ਵਨ ਫਸਟ ਕਲਾਸ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ? ਪਤਾ ਨਹੀਂ ਕਿਹੜੀ ਗੱਲ ਕਰਨ ਲੱਗਾ ਸਾਹਿਬ, ਮੈਂ ਭੁੱਲ ਗਿਆ, ਜੀਨ ਚੋਂ ਨਿਕਲ ਗਈ ਹੈ। ਹਾਂ, ਤੁਹਾਨੂੰ ਕਸਤੂਰੀ ਵਾਲੀ ਮਜੂਨ ਵੀ ਬਣਾਉਣੀ ਵਿਖਾਵਾਂਗੇ ਯੂਟਿਊਬ ਉੱਤੇ, ਕਿਉਂਕਿ ਸਾਨੂੰ ਸਮਝ ਲੱਗ ਗਈ ਕਿ ਕਸਤੂਰੀ ਕਿਹੜੀ ਹੁੰਦੀ ਹੈ। ਤੁਹਾਨੂੰ ਕਸਤੂਰੀ ਵੀ ਬਣਾਉਣੀ ਸਿਖਾਵਾਂਗੇ ਕਿਸ ਤਰ੍ਹਾਂ ਬਣਾਉਣੀ ਹੈ, ਤਾਂ ਬਿਲਕੁਲ ਸਸਤੀ ਬਣਾਵਾਂਗੇ, 10-15 ਰੁਪਏ ਦੀ ਕਸਤੂਰੀ ਆਏਗੀ। ਅਸਲਾਮੁਅਲੈਕਮ ਜੀ, ਚਾਂਦ ਅਸਦ ਘੁੰਮਣ ਸਾਹਿਬ, ਚੌਧਰੀ ਅਸਦ ਘੁੰਮਣ ਸਾਹਿਬ ਜੀ, ਵਾਲੇਕਮ ਅਸਲਾਮ। ਮੁਖਤਾਰ ਹਾਮਿਦ ਸਾਹਿਬ ਜੀ, ਨਾਮ ਪਾਊਡਰ ਕੈਂਕਰ ਪਾਊਡਰ, ਯਾਰ ਉਹਨਾਂ ਨੂੰ ਕੈਂਕਰ ਹੀ ਕਿਹਾ ਜਾਂਦਾ ਹੈ। ਕੈਂਕਰ ਪਾਊਡਰ ਲੈ ਲਵੋ, ਜੇ ਕੈਂਕਰ ਨਾ ਲੱਭੇ ਤਾਂ ਫਲੈਜਲ ਲੈ ਲਵੋ, ਸਿੰਪਲ ਜਿਹਾ ਕੰਮ ਹੈ। ਅੱਜ ਇੱਕ ਪਰਿੰਦਾ ਵਿਖਾਨਾ, ਮੈਂ ਆਪ ਹੀ ਵੇਖਿਆ, ਮੈਨੂੰ ਬੜਾ ਮਜ਼ਾ ਆਇਆ। ਜਿਹੜਾ ਲੱਭਣ ਗਿਆ ਸਾਂ ਉਹ ਤਾਂ ਲੱਭੀ ਨਹੀਂ, ਜੇ ਮੈਂ ਫਿਰ ਹੋਰ ਫੜ ਲਿਆਂਦੀ ਕਿ ਤੁਹਾਨੂੰ ਸ਼ੌਕ ਕਰਾਈਏ ਜੀ।
ਉਸਤਾਦ ਰਾਣਾ ਇਮਤਿਆਜ਼ ਸਾਹਿਬ ਫੈਸਲਾਬਾਦ ਵਾਲੇ, ਉਹਨਾਂ ਦੀ ਜੀ ਕੋਬਰਾ ਬਰੀਡ ਜੀ। ਸ਼ੇਖ ਸਾਹਿਬ ਜੀ ਵਾਲੇਕਮ ਅਸਲਾਮ। ਕਹਿੰਦੇ ਜੀ ਉਹਨਾਂ ਮੈਨੂੰ ਗਿਫਟ ਭੇਜਿਆ ਸੀ, ਪਰਿੰਦੇ ਮੇਰੇ ਕੋਲ ਦੇਖ ਕੇ ਗਏ ਸਨ ਦੋ। ਕਹਿੰਦੇ ਸਰ ਜੀ ਇਹ ਮੈਂ ਮਾਦੀ ਭੇਜਾਂਗਾ, ਉਹਦੇ ਨਾਲ ਲਾਇਓ। ਬੜੇ ਵੱਡੇ ਵਜੂਦ ਦੀ ਮਾਦੀ ਬਟੇਰੀ, ਠੀਕ ਹੈ ਜੀ। ਨਹੀਂ ਕਰਨ ਦਿੰਦੀ ਬਈ, ਪਰ ਨਹੀਂ ਖੁੱਲਣ ਦਿੰਦੀ। ਲਓ ਜੀ ਅੱਖ ਦਾ ਸ਼ੌਕ ਕਰੋ, ਅੱਖ ਵੀ ਸ਼ਾਇਦ ਕਲੀਅਰ ਨਹੀਂ ਆਉਂਦੀ ਪਈ ਇਤਨੋਂ, ਇਤਨੋਂ ਸ਼ਾਇਦ ਆ ਜੀ। ਅੱਖ ਏਡੀ ਲਾਲ ਕੀ ਨਹੀਂ ਅੱਖ 'ਚ, ਇਹ ਆਈਫੋਨ ਜਿਹੜਾ ਪਤਾ ਨਹੀਂ ਕਿਉਂ ਇੰਨੀ ਸੁਰਖੀ ਲਿਆਂਦਾ ਅੱਖ ਦੇ ਵਿੱਚ। ਚੌਧਰੀ ਮੁਹੰਮਦ ਅਮਜਦ ਸਾਹਿਬ ਜੀ ਵਾਲੇਕਮ ਅਸਲਾਮ। ਅਰਸ਼ਦ ਮਹਿਮੂਦ ਸਾਹਿਬ ਜੀ, ਹਾਂ ਜੀ ਵੀਰ ਜੀ, ਅਮਰੀਕਾ ਵਾਲੀ ਛੱਤ ਗੁਜਰਾਤ। ਅੱਛਾ ਜੀ, ਬਹੁਤ ਅੱਛੀ ਮਾਦੀ ਆ ਜੀ, ਮਾਸ਼ਾਅੱਲਾ ਜੀ, ਬੜੀ ਅੱਛੀ ਮਾਦੀ ਹੈ ਜੀ। ਰਾਣਾ ਇਮਤਿਆਜ਼ ਸਾਹਿਬ ਦਾ ਗਿਫਟ ਮੈਨੂੰ ਆਇਆ ਦਾ, ਤੁਹਾਡੇ ਨਾਲ ਅਤੇ ਫਿਰ ਲਾਈਵ ਨੂੰ ਬੰਦ ਕਰਾਂਗੇ। ਸਰ ਜੀ ਅੱਜ ਕੱਲ੍ਹ ਮਾਸਕੀਟੋ ਬਹੁਤ ਕਰ ਰਿਹਾ ਹੈ ਬੱਚੋਂ ਕੋ, ਇਸਕੇ ਲੀਏ ਕੁਛ ਬਤਾ ਦੇ। ਉਹਦੇ ਵਾਸਤੇ ਸਭ ਤੋਂ ਆਸਾਨ ਹੱਲ ਜਿਹੜਾ ਘਰਾਂ 'ਚ ਸਪਰੇਅ ਕਰਾਉਂਦੇ ਹੋ, ਬੰਦਾ ਬੁਲਾ ਕੇ 250-300 ਰੁਪਈਆ ਮਹਿਲ ਲੈਂਦਾ ਇੱਕ ਕਮਰੇ ਦਾ, ਉਰੇ ਬੰਦਾ ਤੂੰ ਬਿਹਤਰ ਕਿ 250-300 ਰੁਪਏ ਦਾ ਤਾਂ ਉਹ ਆਪੀ ਉਹ ਪੈਕਟ ਆਉਂਦਾ, ਉਹ ਲੈ ਕੇ ਪਾਣੀ 'ਚ ਮਿਕਸ ਕਰਕੇ ਅਤੇ ਸ਼ਾਵਰ ਨਾਲ ਖੁੱਡਿਆਂ 'ਚ ਸਪਰੇਅ ਕਰਕੇ ਖੁੱਡੇ ਬੰਦ ਕਰ ਦਿਓ ਘੰਟੇ ਡੇਢ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਖੁੱਡੇ ਖੋਲ੍ਹ ਛੱਡੋ, ਮੱਛਰ ਉਤਲ ਬੜੇਗਾ ਵੀ ਨਹੀਂ ਪੂਰਾ ਸੀਜ਼ਨ ਤੁਹਾਡਾ ਸਕੂਨ ਨਾਲ। 3-4 ਮਹੀਨੇ ਬਾਅਦ ਫਿਰ ਕਰ ਛੱਡਿਆ, ਮੈਂ ਇਸ ਤਰ੍ਹਾਂ ਹੀ ਕਰਨਾ ਵਾਂ, ਸਪਰੇਅ ਕਰ ਛੱਡਣਾ ਅੰਦਰ ਆਪੀ ਹੋਈ, ਪਰ ਉਸ ਤੋਂ ਪਹਿਲਾਂ ਜਿਸਮ ਦੇ ਸਾਰੇ ਹਿੱਸਿਆਂ ਨੂੰ ਢੱਕ ਲੈਣਾ, ਜਿਹੜਾ ਹਿੱਸਾ ਬਾਹਰ ਰਵੇ ਹੱਥ ਬਾਂਹ ਅੱਖਾਂ ਮੂੰਹ ਉਹਦੇ 'ਤੇ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਲ ਲੈਣਾ, ਠੀਕ ਹੈ, ਨਹੀਂ ਤਾਂ ਸੜਨ ਬੜੀ ਪੈਣੀ ਜੇ। ਬਾਈ ਜੀ ਜਿਮ ਕੀ ਟਿਪਸ ਮਿਲ ਸਕਦੀ ਹੈ ਜੀ? ਮਿਲ ਸਕਦੀ ਹੈ ਜਨਾਬ, ਕੋ ਨਹੀਂ, ਜਦੋਂ ਟਿਪਸ ਲੈਣੀ ਹੋਗੀ ਦੱਸ ਦਿਓ, ਤੁਹਾਨੂੰ ਟਿਪਸ ਦੇ ਦਿਆਂਗੇ। ਮੈਨੇ ਆਪਕੇ ਵਟਸਐਪ 'ਤੇ ਕੱਲ੍ਹ ਮੈਸੇਜ ਚਰਤ ਥਾ ਕਿ ਯੂਟਿਊਬ ਪੇ ਰਿਕਾਰਡਿੰਗ ਵੀਡੀਓ ਅਪਲੋਡ ਕੀਆ ਕਰੇ, ਰਿਕਾਰਡਿੰਗ ਵੀਡੀਓ ਅਪਲੋਡ ਕੀਆ ਕਰੇ, ਰਿਕਾਰਡਿੰਗ ਵੀ ਕਰਦੇ ਹੁੰਦੇ ਹਾਂ ਜਨਾਬ। ਉਮੈਰ ਲਿਆ ਸਾਹਿਬ ਜੀ ਕਿਆ ਹਾਲ ਹੈ? ਸੁਲਤਾਨ ਬਾਈ A1 ਫਸਟ ਕਲਾਸ ਅਲਹਮਦੁਲਿਲਾ ਜੀ। ਇਮਰਾਨ ਸਿੰਧੂ ਸਾਹਿਬ ਕਹਿ ਰਹੇ ਨੇ ਜੀ ਉਸਤਾਦ ਜੀ ਮੇਰੇ ਇਸ ਪੇ ਚੇਤਾ 'ਚ ਹੈ ਕਬੂਤਰ ਤਰੰਗ ਕਾ ਕੋਈ ਤਰੀਕਾ ਬਤਾ ਦਿਓ। ਨਹੀਂ, ਮੈਨੂੰ ਨਹੀਂ ਤੁਹਾਡੀ ਗੱਲ ਦੀ ਸਮਝ ਲੱਗੀ ਸੰਧੂ ਸਾਹਿਬ, ਕੀ ਤੁਸੀਂ ਕਹਿ ਰਹੇ ਹੋ? ਚੌਧਰੀ ਮੁਹੰਮਦ ਅਫਜ਼ਲ ਸਾਹਿਬ, ਸੁਲਤਾਨ ਬਾਈ ਅਗਰ ਕਬੂਤਰ ਕਾ ਜੋੜ ਬੰਦ ਹੋ ਔਰ ਉੱਪਰ ਨੀਚੇ ਹੋ ਕੋਈ ਮਸਲਾ ਤੋਂ ਨਹੀਂ? ਕੋਈ ਮਸਲਾ ਨਹੀਂ ਹੁੰਦਾ, ਉੱਤੇ ਨੀਚੇ ਹੁੰਦਾ, ਮਕਸਦ ਇਹੀ ਹੁੰਦਾ ਕਿ ਟੁੱਟ ਗਿਆ ਹੁੰਦਾ ਬਾਅਦ ਦਫ਼ਾ ਜੋੜ। ਨਰ ਦਾ ਕੋਈ ਇਸ਼ੂ ਨਹੀਂ ਹੁੰਦਾ, ਮਾਦਾ ਦਾ ਜੋੜ ਟੁੱਟ ਜੇ ਤਾਂ ਮਾਦਾ ਅੰਡੇ ਉਹ ਬੰਦ ਹੋ ਜਾਂਦੀ ਹੈ, ਅਸਲ ਨਰ ਨੂੰ ਕੋਈ ਇਸ਼ੂ ਨਹੀਂ ਹੁੰਦਾ। ਤੁਹਾਨੂੰ ਜਿਮ ਦੀ ਟਿਪ ਦੇਈਏ, ਸਭ ਤੋਂ ਚੰਗਾ ਟੀਕਾ ਟੈਸਟੋਵਰਾਨ। ਬਸ ਉਹੀ ਲਵਾਓ, ਟੈਸਟੋਵਰਾਨ ਹੀ ਲਵਾਓ ਭਾਅ ਜੀ, ਡੈਕਾ ਡਿਊਰਾ ਲੀਨ ਲਵਾ ਲਓ ਨਾਲ ਮਿਕਸ ਕਰਕੇ, ਤੇ
ਜੋੜ ਖੁੱਲੇ ਬੰਦ ਸੇ ਕੋਈ ਫਰਕ ਨਹੀਂ, ਕੋਈ ਇਸ਼ੂ ਨਹੀਂ ਹੁੰਦਾ, ਖੁੱਲੇ ਬੰਦ ਨਾਲ ਕੋਈ ਨਹੀਂ ਹੁੰਦਾ, ਬੰਦ ਹੋ ਜਾਈਏ ਤਾਂ ਜ਼ਿਆਦਾ ਅੱਛਾ ਹੁੰਦਾ, ਇੰਨਾ ਕੋਈ ਉਹਦਾ ਫਰਕ ਨਹੀਂ ਹੁੰਦਾ, ਸਿਰਫ ਜੋੜ ਦਾ ਅਤੇ ਹੱਡੀ ਦਾ ਫਾਸਲਾ ਕਮ ਹੋਣਾ ਚਾਹੀਦਾ। ਤੁਹਾਨੂੰ ਮੈਂ ਦਿਖਾਉਂਦਾ ਮੈਂ ਕਿਹੜੀ ਚੀਜ਼ ਤੁਹਾਨੂੰ ਸਮਝਾਉਣਾ ਚਾਹੁੰਦਾ ਦੋਸਤਾਂ ਨੂੰ। ਹੈਲੋ ਜੀ, ਮੇਰਾ 5 ਨੰਬਰ ਪਾਰਸ, ਠੀਕ ਹੈ ਜੀ। ਤੁਹਾਨੂੰ ਹੁਣ ਦਿਖਾਉਂਦਾ ਵਾਂ ਇਹ ਭਾਅ ਜੀ, ਮੈਂ ਤੁਹਾਨੂੰ ਇਹਦਾ ਰੇਟ 'ਚ ਫਰਕ ਹੈ, ਠੀਕ ਹੈ, ਕਿਉਂਕਿ ਮਾਦਾ ਨਾਲ ਚੇਂਜ ਹੋਈ ਸੀ ਅਤੇ ਬਾਅਦ ਦਫ਼ਾ ਬੰਦੇ ਬੜੀ ਓਬਜੈਕਸ਼ਨ ਕਰਦੇ ਨੇ ਭਾਅ ਜੀ ਇਹ ਪਾਰਸ ਤੁਸੀਂ ਕਹਿਣ ਡਿਆ ਹੋਰ ਚੀਜ਼ ਹੈ। ਤੁਹਾਨੂੰ ਹਮੇਸ਼ਾ ਕਹਿੰਦਾ ਕਿ ਮੇਰਾ ਪਾਰਸ ਆਪਣਾ ਪਰ ਨਹੀਂ ਛੱਡਦੇ, ਚੈੱਕ ਕਰ ਲਓ, ਠੀਕ ਹੈ ਜੀ, ਪਰ ਲਾਜ਼ਮ ਆਉਂਦਾ ਪਾਰਸਾਂ 'ਚ ਵਾਲਾ। ਵੈਸੇ ਤੁਹਾਨੂੰ ਮੈਂ ਪਰ ਦਿਖਾ ਰਿਹਾ ਕਿ ਇੱਕ ਬੜੇ ਪਿਆਰੇ ਸਾਡੇ ਦੋਸਤ ਨੇ ਲਾਹੌਰ ਦੇ, ਉਹਨਾਂ ਤਰਾਜ਼ ਕੱਢਿਆ ਸੀ, ਉਹਨਾਂ ਕਿਹਾ ਸੀ ਤੁਸੀਂ ਕਬੂਤਰ ਖਾਇਆ ਸੀ ਉਹਦੇ 'ਚੋਂ ਪਰ ਹੈ ਨਹੀਂ ਸੀ, ਤੁਸੀਂ ਆਉਂਦੇ ਸੋ ਪਰ ਸੀ, ਤਾਂ ਉਹਨੇ ਉਹ ਪਰ ਝਾੜਿਆ ਸੀ ਉਸ ਟਾਈਮ, ਠੀਕ ਹੈ ਜੀ। ਇਹ ਮੇਰਾ ਫੇਵਰੇਟ 5 ਨੰਬਰ ਬਰੀਡ, ਮੇਰੀ ਬੜਾ ਅੱਛਾ ਮਜ਼ਾ ਦਿੰਦੇ ਨੇ ਮੈਨੂੰ, ਠੀਕ ਹੈ ਜੀ। 5 ਨੰਬਰ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਵਾਂ, ਨਾਲ ਮੈਂ ਕਿਸੇ ਤੁਹਾਨੂੰ ਸ਼ੌਕ ਵੀ ਕਰਾ ਦਈਏ ਦਾ, ਠੀਕ ਹੈ ਜੀ। ਬੰਦੇ ਕਹਿੰਦੇ ਨੇ ਜਿਹੜਾ ਤਾਰਾ ਬਣੀ ਹੋਏ ਅੱਖ ਬੜੀ ਵਧੀਆ ਹੁੰਦੀ ਹੈ, ਹੁਣ ਪਤਾ ਨਹੀਂ ਕਿੱਥੋਂ ਉਹਨਾਂ ਵੇਖਦੇ ਨੇ ਤਾਰੇ ਵਾਲੀ ਅੱਖ, ਵੇਖੋ ਹਾਂ ਤਾਰਾ ਬਣਿਆ ਤਾਂ ਨਾਈਟ ਵਿਜ਼ਨ ਹੈ ਤਾਂ ਵੇਖੋ ਕੋਈ ਬਣਿਆ ਦਾ। ਮੈਨੂੰ ਇੱਕ ਦਿਨ ਮੇਰੇ ਭਾਈ ਪੁੱਛ ਰਹੇ ਸਨ ਜੀ ਇਹ ਜਿਹੜਾ ਅੱਖ ਦੇ ਦੁਆਲੇ ਤੁਸੀਂ ਕਹਿ ਰਹੇ ਹੋ ਕੜਾ ਬਣਿਆ ਤਾਂ ਇਹ ਨਾਈਟ ਵਿਜ਼ਨ ਹੈ? ਨਹੀਂ ਜਨਾਬ, ਇਹ ਨਹੀਂ ਨਾਈਟ ਵਿਜ਼ਨ ਹੁੰਦਾ, ਅੱਖ ਦੀ ਜਿਹੜੀ ਬਣਾਵਟ ਸ਼ੇਪ ਹੁੰਦੀ ਹੈ ਨਾ ਉਹਨੂੰ ਨਾਈਟ ਵਿਜ਼ਨ ਕਿਹਾ ਜਾਂਦਾ, ਠੀਕ ਹੈ ਜੀ। ਇਹ ਹੁਣ ਦੇਖੋ ਸਮਝ ਲੱਗੀ ਨਾਈਟ ਵਿਜ਼ਨ ਦੀ ਮੇਰੇ ਭਰਾਵਾਂ ਨੂੰ, ਕਿ ਮੈਂ ਨਾਈਟ ਵਿਜ਼ਨ ਕਿਹਨੂੰ ਕਹਿ ਰਿਹਾ ਵਾਂ, ਦੱਸਣਾ ਨਹੀਂ ਮੈਂ, ਤੁਸੀਂ ਸਮਝਣਾ ਬਸ, ਜੇ ਮੈਂ ਦੱਸੀ ਜਾਵਾਂ ਤਾਂ ਫਿਰ ਫਾਇਦਾ ਕੀ, ਫਿਰ ਤਾਂ ਘੋਲ ਕੇ ਦੇਣ ਵਾਲੀ ਗੱਲ ਕਿ ਲਓ ਜੀ ਪੀ ਲਓ। ਆਇਓ ਜੀ ਇੱਤਲ, ਹੁਣ ਜਿਹੜੀ ਮੈਂ ਤੁਹਾਨੂੰ ਚੀਜ਼ ਸਮਝਾਉਂਦਾ ਪਿਆ ਹੱਡੀ ਜੋੜ ਦੀ, ਠੀਕ ਹੈ, ਮੈਂ ਜ਼ਰਾ ਚੂਹਾ ਬਰੀਡ ਕਿਸੇ ਬਰੀਡ ਤੋਂ ਨਹੀਂ ਬਣੀ ਦੀ, ਚੂਹਾ ਇੱਕੋ ਹੀ ਬਰੀਡ ਹੈ, ਤਕਸੀਮੇ ਪਾਕੋ ਹਿੰਦ ਤੋਂ ਪਹਿਲਾਂ ਮੇਰੀ ਜਾਨ ਤੁਹਾਨੂੰ ਦੱਸ ਛੜੀਏ ਗੱਲਾਂ, ਬੰਦੇ ਦਾ ਨਾਂ ਨਹੀਂ ਅਥੈਂਟਿਕ ਕਿਹਦੇ ਘਰ ਦੀ ਸੀ ਮਗਰ ਗੱਲ ਅਥੈਂਟਿਕ ਹੈ, ਕੋਈ ਹਿੰਦੂ ਸੀ ਤਕਸੀਮੇ ਪਾਕੋ ਹਿੰਦ ਤੋਂ ਪਹਿਲਾਂ ਫੁੱਲੜੀਆਂ ਦਾ ਕੰਮ ਉਹ ਬੰਦਾ ਕਰਦਾ ਸੀ, ਫੁੱਲੜੀਆਂ ਸਮਝਦੇ ਉਹ ਮੁਰਮਰੇ, ਕਰਾਚੀ 'ਚ ਉਹਨੂੰ ਮੁਰਮਰੇ ਕਿਹਾ ਜਾਂਦਾ, ਸ਼ਾਇਦ ਲਾਹੌਰ 'ਚ ਵੀ ਕਹਿੰਦੇ ਉਹਨੂੰ, ਦੇਸੀ ਲੋਕ ਪੰਜਾਬੀ ਫੁੱਲੜੀਆਂ ਹੀ ਕਹਿੰਦੇ ਨੇ, ਉਹਦਾ ਫੁੱਲੜੀ ਦਾ ਕੰਮ ਸੀ ਉਸ ਬੰਦੇ ਦਾ। ਉਹਦੇ ਕੋਲ ਇੱਕ ਬੱਚਾ ਆਇਆ ਬੜਾ ਸੁੱਕਾ ਜਿਹਾ ਬੱਚਾ, ਮਰਨ ਡਿਆ ਸੀ, ਯਾਨੀ ਕਿ ਡਿੱਗਦਾ ਫਿਰਦਾ ਸੀ, ਉਹਨੇ ਛੱਡਿਆ, ਉਹਨੇ ਛੱਡ ਦਿੱਤਾ ਬੱਚੇ ਨੇ ਉੱਥੋਂ ਫੁੱਲੜੀਆਂ ਚੋਗਦਿਆਂ ਰਹਿਣਾ ਅੰਦਰ ਉਹਦੀ ਦੁਕਾਨ ਦੇ ਵਿੱਚ, ਇਹ ਚੂਹੀ ਜੀ ਕੀ ਆ? ਉਹਨੇ ਕਿਹਾ ਯਾਰ ਇਹ ਚੂਹੀ ਠੀਕ ਹੋ ਗਈ ਤਾਂ ਫਿਰ ਮਜ਼ਾ ਕਰੇਗੀ। ਉਹ ਜੋ ਕਬੂਤਰ ਬੱਚਾ ਪਲਿਆ ਉਹ ਉੱਡਿਆ, ਅੱਛਾ ਦਾ ਰਿਜ਼ਲਟ ਆਇਆ, ਪੁੱਛਣ 'ਤੇ ਪਤਾ ਚੱਲਿਆ ਜੇ ਸੱਸ ਫਿਰ ਰਵਾਇਤ ਪੁੱਛਦੇ ਉਹਨੇ ਇਹ ਕਿਹੜਾ ਹੀ, ਉਹਨੇ ਕਿਹਾ ਇਹ ਉਹੀ ਚੂਹੀ ਹੈ, ਉਹ ਚੂਹੀ ਚੂਹੀ ਨਾਮ ਹੈ ਚੂਹੀ, ਚੂਹੀ ਤੋਂ ਅਸੀਂ ਚੂਹਾ ਕਰ ਦਿੱਤਾ ਦਾ, ਉਹ ਕਿਸੇ ਦੋ ਬਰੀਡਾਂ ਦਾ ਸ਼ਿਕਾਰ ਨਹੀਂ ਹੈ, ਤਿੰਨਾਂ ਬਰੀਡਾਂ ਦਾ ਨਹੀਂ ਸ਼ਿਕਾਰ, ਉਹ ਇੱਕੋ ਹੀ ਸੀ, ਉਹ ਜਿਹੜੇ ਤੁਹਾਨੂੰ ਦਿਖਾਏ ਸਨ ਕੱਲ੍ਹ ਮੈਂ, ਰੈਡਿਸ਼ ਜੇ ਮੋਤੀ ਸਨ, ਸਲੇਟੀ ਸਲੇਟੀ, ਗ੍ਰੇ ਗ੍ਰੇ ਕਹਿ ਲਓ, ਮਿਕਸ ਜਾਨੀ ਕਿ ਭੂਸਲਾ ਜਿਹਾ ਰੰਗ ਹੁੰਦਾ, ਚੂਹਾ ਟਾਈਪ, ਗ੍ਰੇ ਗ੍ਰੇ ਸ਼ੇਡ 'ਚ ਲਾਲ ਰੰਗ ਹੁੰਦਾ, ਠੀਕ ਹੈ ਜੀ, ਉਹਨੂੰ ਕਹਿੰਦੇ ਨੇ ਚੂਹੀ ਬਰੀਡ, ਚੂਹੀ ਤੋਂ ਅੱਗੋਂ ਬਣੇ ਨੇ ਚੂਹਿਆਂ ਨੂੰ, ਜੈਸਾ ਕਿ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਚੂਹਾ ਬਰੀਡ ਜਿਹੜੀ ਹੈ ਨਾ ਉਹ ਪਰ ਕੁੰਦਾ ਸਵਾਰਦੀ ਹੈ, ਜ਼ਹਾਨਤ ਦਿੰਦੀ ਹੈ, ਪਿਓਰ 'ਚ ਕਿਤਲੇ ਨਹੀਂ ਉੱਡੀ ਦੀ, ਕੋਈ ਅਥੈਂਟਿਕ ਰਿਕਾਰਡ ਨਹੀਂ ਕਿ ਪਿਓਰ 'ਚ ਉੱਡੀ ਹੈ। ਇਸ ਵਾਸਤੇ ਚੂਹੇ ਬਰੀਡ ਨੂੰ ਹਮੇਸ਼ਾ ਤੁਸੀਂ ਸੁਣਿਆ ਕਿ ਚੂਹਾ ਮੋਤੀਆਂ ਵਾਲਾ, ਚੂਹਾ ਜੌਂ ਸਿਰਾ, ਚੂਹਾ ਬਟੇਰਾ, ਚੂਹਾ ਅਲੀ ਵਾਲਾ, ਚੂਹਾ ਛੱਤ ਵਾਲਾ, ਸਮਝ ਗਏ ਗੱਲ ਨੂੰ, ਪਿਓਰ 'ਚ ਕਿਤਲੇ ਨਹੀਂ ਉੱਡਿਆ, ਹਮੇਸ਼ਾ ਕ੍ਰਾਸ ਦੇ ਵਿੱਚ ਦੇ ਕੇ ਇਹਨੂੰ ਸਵਾਰਿਆ ਗਿਆ ਇਹਦੇ ਨਾਲ। ਲਓ ਜੀ ਤੁਹਾਨੂੰ ਜੀ ਦੱਸ ਰਿਹਾ ਸਾਂ, ਇਹ ਇਹਦੇ ਤੋਂ ਇਹ ਮੇਰੀ ਉਂਗਲੀ ਆਈ ਹੈ, ਇਹ ਬੈਗੀ ਵਿੱਚ ਪੂਰੀ, ਇਹ ਇੱਕ ਉਂਗਲੀ ਪੂਰੀ, ਇਹ ਜੋੜ, ਇਹ ਹੱਡੀ ਹੈ, ਜੋੜ ਅਤੇ ਹੱਡੀ, ਇਹ ਇੱਕ ਉਂਗਲੀ,
ਠੀਕ ਹੈ ਜੀ। ਇਹ ਇੱਕ ਉਂਗਲੀ, ਇਹ ਵੇਖਦੇ ਹੋਣੇ ਕਿ ਇਹ ਉੱਚੀ ਹੈ ਮੇਰੀ, ਇਹ ਵਾਲੀ ਉਂਗਲੀ ਉੱਚੀ ਹੈ, ਇਹ ਮੇਰੀ ਵਿੱਚ ਜੋੜ 'ਚ ਬੈਠੀ ਦੀ ਹੈ, ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਫਾਸਲਾ, ਠੀਕ ਹੈ ਜੀ। ਇਹ ਇੱਕ ਉਂਗਲੀ ਤੋਂ ਜ਼ਿਆਦਾ ਨਹੀਂ, ਕੰਮ ਹੋ ਜਾਵੇ ਜਿੰਨਾ ਵੀ ਹੋ ਸਕਦਾ ਨਰ ਦਾ, ਮਾਦਾ ਦਾ ਇਹ ਹੱਡੀ, ਹੱਡੀ ਅਤੇ ਇਹ ਜੋੜ, ਇਹਦੇ ਵਿੱਚ ਜਿੰਨਾ ਫਾਸਲਾ ਰਹੇਗਾ ਠੀਕ ਹੈ, ਇੱਕ ਉਂਗਲੀ ਤੱਕ, ਇੱਕ ਉਂਗਲੀ ਤੋਂ ਜ਼ਿਆਦਾ ਉਹਦੇ 'ਚ ਵੀ ਨਹੀਂ ਹੋਣਾ ਚਾਹੀਦਾ, ਬੰਦ ਨਹੀਂ ਹੋਣਾ ਚਾਹੀਦਾ ਨਰ ਦਾ ਆਪਸ 'ਚ, ਹੱਡੀ ਅਤੇ ਜੋੜ ਜੁੜ ਵੀ ਜਾਏ ਤਾਂ ਇਸ਼ੂ ਨਹੀਂ, ਠੀਕ ਹੈ ਜੀ। ਮਾਦਾ ਦੀ ਇਹ ਹੱਡੀ ਅਤੇ ਇਹ ਜੋੜ ਆਪਸ 'ਚ ਜੁੜ ਜਾਏ ਤਾਂ 99% ਚਾਂਸ ਹੁੰਦਾ ਕਿ ਮਾਦਾ ਅੰਡੇ ਤੋਂ ਬੰਦ ਹੋ ਜਾਏਗੀ, ਹੋ ਜਾਏਗੀ ਕਿ ਪੈਦਾਇਸ਼ੀ ਤੌਰ 'ਤੇ ਬੰਦ ਹੋਏਗੀ, ਕਿਉਂਕਿ ਹੱਡੀ ਜੋੜ ਤਾਂ ਪੈਦਾਇਸ਼ੀ ਹੁੰਦਾ, ਪੈਦਾਇਸ਼ੀ ਹੀ ਬੰਦ ਰਹੇਗੀ ਉਹ। ਸਮਝ ਗਏ ਗੱਲ ਨੂੰ? ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਿਹੜੇ ਮੇਰੇ ਭਾਈ ਕਹਿ ਰਹੇ ਸਨ ਕਿ ਹੱਡੀ ਛੋਟੀ ਹੋਏ, ਉਹਦਾ ਵੀ ਤੁਹਾਨੂੰ ਦੱਸ ਦਿੰਦੇ ਹਾਂ, ਠੀਕ ਹੈ ਜੀ, ਬਣੇ ਰਹੋ ਨਾਲ ਹੀ ਇੱਥੇ ਤੁਹਾਨੂੰ ਦੱਸਦਾ ਮੈਂ। ਦੇਖੋ ਇਹ ਮੇਰੀ ਟਾਪ ਬਰੀਡਾਂ 'ਚੋਂ ਬਰੀਡ ਹੈ, ਯਾਨੀ ਕਿ ਮੇਰੇ ਪਸੰਦੀਦਾ ਜਿਹੜੇ ਨੇ ਸਾਡੇ ਪਿੰਕ ਡੋਰਿਆਂ ਵਾਲੇ ਬਟੇਰੇ, ਮਾਸ਼ਾਅੱਲਾ, ਠੀਕ ਹੈ ਜੀ। ਦੇਖਦੇ ਹੀ ਲੋਕਾਂ ਦਾ ਧਿਆਨ ਪੈਂਦੇ ਆਉਂਦੇ ਨੇ, ਟੈਡੀ ਨਹੀਂ, ਟੈਡੀ ਨਹੀਂ, ਕਤਨ ਹੈ ਟੈਡੀ ਨਹੀਂ, ਪਿਓਰ ਸਿਆਲਕੋਟੀ ਬਟੇਰੇ ਨੇ, ਠੀਕ ਹੈ ਜੀ। ਇਹ ਹੁਣ ਬਹੁਤ ਛੋਟੇ ਵਜੂਦ ਦੀ ਮਾਦੀ ਹੈ, ਹੁਣ ਇਹਦਾ ਮੁਕਾਬਲਾ ਤੁਹਾਨੂੰ ਮੈਂ ਦਿਖਾਉਣਾ, ਜੈਸਾ ਕਿ ਤੁਹਾਨੂੰ ਪਤਾ ਚੱਲ ਜਾਏ, ਕੰਪੈਰੀਜ਼ਨ ਕਰਨਾ ਨਾਲ ਇੱਕ ਹੋਰ ਪਰਿੰਦਾ ਫੜਨਾ। ਲਓ ਜੀ, ਤੁਹਾਨੂੰ ਫੀਲ ਹੋ ਜਾਏਗਾ, ਠੀਕ ਹੈ। ਇਹ ਦੇਖੋ ਇਹ ਪਰਿੰਦਾ ਕਿੱਡਾ ਵੱਡਾ, ਇਹ ਛੋਟੀ ਜੀ, ਠੀਕ ਹੈ ਜੀ, ਨਜ਼ਰ ਆ ਰਿਹਾ। ਜਾਂ ਇਸ ਤਰ੍ਹਾਂ ਕਰਦੇ, ਖੋਰੇ ਤੋਂ ਵੀ ਛੋਟੀ ਫੜ ਕੇ ਤੁਹਾਨੂੰ ਦਿਖਾਉਂਦਾ, ਇਹ ਵੇ ਬਦਮਾਸ਼ ਦੀ ਧੀ, ਬਦਮਾਸ਼ ਤੁਹਾਨੂੰ ਦਿਖਾਇਆ ਸੀ, ਇੱਕ ਮੱਘਰ ਕਬੂਤਰ ਹੈ ਮੇਰਾ, ਠੀਕ ਹੈ ਜੀ। ਇਹ ਚੋਕ ਟੁੱਟ ਪਲੀ ਦੀ ਹੈ, ਇਹ ਦੇਖੋ ਇਹਦਾ ਆਪਣਾ ਵਜੂਦ ਬੇਸਿਕਲੀ ਬਹੁਤ ਛੋਟਾ ਜਿਹਾ, ਜੈਸਾ ਕਿ ਉਹ ਪਹਿਲਾਂ ਇੱਕ ਤੁਹਾਨੂੰ ਮੈਂ ਨਰ ਦਿਖਾਇਆ, ਉਹ ਨਰ ਹੁੰਦਾ ਉੱਡਾ ਵਜੂਦ ਹੁੰਦਾ ਅਤੇ ਇਹ ਹੱਡੀ ਬਿਲਕੁਲ ਛੋਟੀ ਜਿਹੀ ਹੁੰਦੀ ਜਿੱਡੀ ਇਹਦੀ ਹੈ, ਮਗਰ ਇਹਦੀ ਵੀ ਚਾਰ ਉਂਗਲੀਆਂ ਪੂਰੀ ਹੱਡੀ, ਇਹ ਪਹਿਲਾਂ ਚਾਰ ਉਂਗਲੀਆਂ ਤੋਂ ਵੀ ਜ਼ਿਆਦਾ, 1, 2, 3, 4 ਇਹ ਨਾਲ ਜੋੜੀ ਹੈ, ਇਹ ਫਿਰ ਵੀ ਮੇਰੀ ਇਹ ਹੱਡੀ ਆ ਰਹੀ ਹੈ, ਤੁਹਾਨੂੰ ਨਜ਼ਰ ਆਉਂਦਾ ਹੋਣਾ ਪਿਆ, ਇਹ ਹੱਡੀ ਇਹਦੀ, ਠੀਕ ਹੈ ਜੀ, ਮੇਰੀ ਚਾਰ ਉਂਗਲੀਆਂ ਤੋਂ ਵੀ ਉੱਤੇ ਵੇ ਦੀ ਹੱਡੀ। ਇਟਸ ਮੀਨ ਕਿ ਇਹ ਜੋੜਿਆਂ 'ਚ ਪੈ ਸਕਦੀ ਹੈ, ਉਹ ਛੋਟਾ ਜਿਹਾ ਵਜੂਦ ਆ, ਵੇਖੋ ਮੇਰੇ ਹੱਥ ਦੇ ਵਿੱਚ ਪੂਰੀ ਆ ਗਈ, ਗੈਬ ਹੋ ਗਈ ਹੱਥ ਦੇ ਵਿੱਚ। ਹਮੇਸ਼ਾ ਮੇਜ਼ਰ ਕਰੋ ਜਦੋਂ ਕੋਈ ਕਬੂਤਰ ਤੁਸੀਂ ਲੈਂਦੇ ਹੋ ਜਾਂ ਮਾਦੀ ਲੈਂਦੇ ਹੋ, ਕਿ ਉਹਨੂੰ ਵੇਖੀ ਤਾਂ ਉਹਦੀ ਪੂਰੀ ਜਿਸਾਮਤ ਓਵਰਆਲ ਨੂੰ, ਜੇ ਤਾਂ ਕਬੂਤਰ ਪਰਿੰਦਾ ਵੱਡਾ, ਜਾਨਵਰ ਵੱਡਾ, ਹੱਡੀ ਛੋਟੀ ਹੈ, ਇਹ ਜੋੜਦਾ ਅਤੇ ਹੱਡੀ ਦਾ ਇਹਦੀ ਵੀ ਵੇਖੋ ਇੱਕ ਉਂਗਲੀ ਦਾ ਫਾਸਲਾ, ਇਹ ਵਿੱਚ ਬੈਠੀ ਦੀ ਇੱਕ ਉਂਗਲੀ ਨਜ਼ਰ ਆਉਣ ਡਈ ਹੈ, ਇੱਕ ਉਂਗਲੀ ਬੈਠੀ ਹੈ ਵਿੱਚ, ਜੇ ਤਾਂ ਇਹਦੇ ਵਿੱਚ ਫਾਸਲਾ ਹੈ, 2 ਉਂਗਲੀਆਂ ਆ ਜਾਂਦੀਆਂ ਨੇ, 2.5 ਉਂਗਲੀਆਂ ਆ ਜਾਂਦੀਆਂ ਨੇ,
ਤੇ ਫਿਰ ਕਤਨ ਆਪਣੇ ਜੋੜਿਆਂ 'ਚ ਨਹੀਂ ਪਾਉਣਾ ਉਹਨੂੰ, ਕਿਸੇ ਸੂਰਤ ਵੀ ਜੋੜਿਆਂ 'ਚ ਨਹੀਂ ਪਾਉਣਾ। ਹੱਡੀ ਜੋੜ 'ਚ ਇੱਕ ਇੱਕ ਉਂਗਲੀ ਦਾ ਫਾਸਲਾ ਰਹੇ, ਐ ਠੀਕ ਹੈ ਜੀ, ਇਹਨੂੰ ਉੱਤੇ ਕਰਦੇ ਹਾਂ, ਐ ਇੱਕ ਉਂਗਲੀ ਦਾ ਫਾਸਲਾ ਰਹੇ ਹੱਡੀ ਜੋੜ 'ਚ, ਵਜੂਦ ਭਾਵੇਂ ਏਡਾ ਕੁ ਵੀ ਹੋ ਜਾਵੇ ਕੋਈ ਮਸਲਾ ਨਹੀਂ, ਸਮਝੋ। ਮੀਨਸ ਕਿ ਇਹ ਜਿਹੜਾ ਹੱਡੀ ਜੋੜ ਦਾ ਇਸ਼ੂ ਵੇ, ਇਹ ਸਟੈਮਨੇ ਦਾ ਕੰਮ ਹੈ, ਹੱਡੀ ਜੋੜ ਸਟੈਮਨੇ ਦਾ ਕੰਮ ਕਰਦਾ ਹੈ। ਇਹ ਤੁਹਾਨੂੰ ਬਾਕੀ ਡਿਟੇਲ ਮੈਂ ਦੱਸਾਂਗਾ ਆਪਣੇ ਯੂਟਿਊਬ ਚੈਨਲ 'ਤੇ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਠੀਕ ਹੈ, ਜੁਆਇਨ ਕਰੋ ਉਹਨੂੰ, ਬੈੱਲ ਆਈਕਨ ਲਾਜ਼ਮ ਦਬਾਉਣਾ, ਠੀਕ ਹੈ ਜੀ। ਉਹਦੇ 'ਤੇ ਤੁਹਾਨੂੰ ਮੈਂ ਸਾਰੀ ਬਰੀਡਿੰਗ ਦੀ ਡਿਟੇਲ ਵੀ ਸਮਝਾਵਾਂ ਕਰਾਂਗਾ, ਨੁਸਖੇ ਵੀ ਸਾਰੇ ਦੱਸਾਂ ਕਰਾਂਗੇ, ਬਣਾਵਾਂ ਕਰਾਂਗੇ ਤੁਹਾਡੇ ਸਾਹਮਣੇ, ਤੁਹਾਡੇ ਸਾਹਮਣੇ ਲਗਾਵਾਂ ਕਰਾਂਗੇ ਵੀ, ਤੇ ਉਹਦਾ ਰਿਜ਼ਲਟ ਵੀ ਤੁਹਾਨੂੰ ਦੱਸਾਂ ਕਰਾਂਗੇ ਵੀਡੀਓ ਦੇ ਵਿੱਚ ਹੀ। ਬਕਾਇਦਾ ਇੱਕ ਮੁਕੰਮਲ ਵੀਡੀਓ ਬਣਾਵਾਂਗੇ ਨੁਸਖਾ ਬਣਾਉਣ ਤੋਂ ਲੈ ਕੇ ਅਤੇ ਪਰਿੰਦੇ ਦੇ ਬੈਠਣ ਤੱਕ, ਠੀਕ ਹੈ ਜੀ। ਯੂਟਿਊਬ ਚੈਨਲ ਸੁਲਤਾਨ ਸਰੋਇਆ ਬਾਈ ਓਰੀਜਨਲ ਨਸਲੇ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਬੈੱਲ ਆਈਕਨ ਲਾਜ਼ਮ ਦਬਾਓ। ਇਹ ਪਰ ਦਾ ਸਟਾਈਲ ਦੇਖੋ ਨਾਲੇ, ਇਹ ਮੇਰੇ ਸਭ ਤੋਂ ਨਹੀਂ ਯਾਰ, ਸਾਰੇ ਹੀ ਕੁਝ ਹੀ ਨੇ ਤਕਰੀਬਨ, ਯਾਨੀ ਕਿ ਮੇਰੇ ਫੇਵਰੇਟ ਜਿਹੜੇ ਨੇ ਨਾ, ਫੇਵਰੇਟ ਪਰਿੰਦੇ, ਉਹਨਾਂ 'ਚ ਇਹ ਆਉਂਦੇ ਨੇ, ਬਦਮਾਸ਼ ਜਿਹੜੇ ਨੇ ਮੇਰੇ, ਬਦਮਾਸ਼ ਤਾਂ ਨਹੀਂ ਯਾਰ, ਮੈਂ ਐਵੇਂ ਬਦਮਾਸ਼ ਨਾ ਆਕਾ ਪਾ ਦਿੱਤਾ ਉਸ ਕਬੂਤਰ ਨੂੰ, ਕਹਿੰਦੇ ਸਾਂ ਇਹ ਨੇ 100 ਨੰਬਰ, ਠੀਕ ਹੈ ਜੀ, ਇਹਨਾਂ ਨੂੰ ਮੈਂ 100 ਨੰਬਰ ਕਹਿੰਦਾ। ਘਮੱਗਰ ਹੈ ਜੋੜਾ ਜੀ, ਡਿਫਰੈਂਟ ਸ਼ੇਡ ਆਈ ਜਾਂਦਾ। ਇਹ ਇੱਕ ਮੇਰੇ ਜਿਹੜੇ ਨੇ, ਇੱਕ ਅੱਛੀ ਬਰੀਡ ਹੈ ਜਿਹੜੇ ਮੇਰੇ ਪਸੰਦੀਦਾ ਪਰਿੰਦੇ ਉੱਡਦੇ ਨੇ ਨਾ ਉਹਨਾਂ 'ਚੋਂ, ਅਤੇ ਪਰ ਦਾ ਸ਼ੌਕ ਕਰ ਲਵੋ, ਤੁਹਾਨੂੰ ਵਿਖਾ ਰਿਹਾ ਕਿ ਜਿਹੜੇ ਉੱਡਣ ਵਾਲੇ ਪਰਿੰਦੇ ਨੇ ਉਹਨਾਂ ਦੇ ਪਰ ਚੈੱਕ ਕਰੋ। ਹਾਲਾਂਕਿ ਇਹ ਚੋਕ ਟੁੱਟ ਪਲਿਆ ਤਾਂ ਐਡੇ ਪਰ ਅੱਛੇ ਨਹੀਂ ਹੋਣੇ, ਸਹੀ ਗੱਲ ਹੈ, ਮਗਰ ਬਾਕੀ ਸਟਰਕਚਰ ਯਾਰ ਚੈੱਕ ਕਰ ਲਓ, ਤੁਹਾਨੂੰ ਪਤਾ ਚੱਲ ਜਾਏਗਾ। ਕਿਆ ਬਾਤ ਤੁਹਾਡੀ, ਮੇਰੀ ਨਹੀਂ ਜੀ। ਉਮਰ ਸੂਫੀ ਸਾਹਿਬ ਸ਼ੁਕਰੀਆ ਜਨਾਬ, ਤੁਸੀਂ ਵੀ ਬੋਸ ਕਲੱਬ ਦੇ ਮੈਂਬਰ ਹੋ, ਠੀਕ ਹੈ ਜੀ। ਯਾਸਰ ਬਟ ਸਾਹਿਬ, ਬੰਦ ਆ ਕੇ ਕਬੂਤਰੋਂ ਮੈਂ ਨਾਈਟ ਵਿਜ਼ਨ ਕਹਾਂ ਹੋਤਾ ਹੈ। ਯਾਸਰ ਬਟ ਸਾਹਿਬ, ਤੁਹਾਨੂੰ ਨਹੀਂ ਪਤਾ ਨਾਈਟ ਵਿਜ਼ਨ ਕਿੱਥੇ ਹੁੰਦਾ ਹੈ ਜਨਾਬ? ਇੰਜ ਦੀ ਨਾ ਗੱਲ ਕਰਿਆ ਕਰੋ ਕਿ ਤੁਹਾਨੂੰ ਨਹੀਂ ਪਤਾ ਕਿ ਨਾਈਟ ਵਿਜ਼ਨ ਕਿੱਥੇ ਹੁੰਦਾ, ਤੁਸੀਂ ਮੇਰੇ ਤੋਂ ਸੀਨੀਅਰ ਹੋ। ਲਓ ਜੀ, ਲਓ ਜੀ ਗ੍ਰੇ ਆਈਸ ਬਾਂਕੇ ਵਿਖਾ ਦਈਏ ਯਾਰ। ਵਪਾਰੀਆਂ ਮੈਨੂੰ ਬੜੀਆਂ ਗਾਲਾਂ ਕੱਢਦੇ ਹੋਣੇ ਨੇ ਬੈਕ, ਵਪਾਰੀ ਜਿਹੜੇ ਨੇ ਮਾਨ ਨਾਲ, ਮੈਂ ਇਹਨਾਂ ਨੂੰ ਗ੍ਰੇ ਆਈਸ ਬਾਂਕੇ ਹੀ ਕਹਿੰਦਾ। ਚਲੋ ਰਹਿਣ ਦੇ, ਮੈਨੂੰ ਕਹਿਣ ਦੇ। ਕਿਉਂਕਿ ਤੁਸਾਂ ਜਦੋਂ ਗ੍ਰੇ ਆਈਜ਼ ਬਾਂਕੇ ਲੱਭਣੇ ਸ਼ੁਰੂ ਕਰਨੇ ਨੇ ਨਾ, ਤਾਂ ਖੁਦਾ ਦੇ ਬੰਦੇ ਉਹ ਵਪਾਰੀਆਂ ਮੈਨੂੰ ਝੋਲੀਆਂ ਚੁੱਕ ਚੁੱਕ ਬਾਦੂਆਵਾਂ ਦੇਣੀਆਂ ਨੇ। ਮੋਬਾਈਲ ਯਾਰ, ਮੈਂ ਕਿਸੇ ਦਿਨ ਨਾ ਮੋਬਾਈਲ ਵੀ ਆ ਪੰਜ ਛੱਡਣਾ, ਪਰ ਕੀ ਕਰੀਏ, ਆਈਫੋਨ 'ਤੇ ਬਚਿਆ ਰਹਿੰਦਾ ਵਾ, ਜੇ ਐਂਡਰਾਇਡ ਹੋਏ ਤਾਂ ਫੌਰਨ ਹੈਕ ਹੋਈ ਜਾਂਦਾ, ਠੀਕ ਹੈ ਜੀ। ਥੋੜ੍ਹਾ ਜ਼ੂਮ ਆਊਟ ਕਰੀਏ, ਹੁਣ ਤੁਹਾਨੂੰ ਇਹਦੇ ਅੱਖ ਦਾ ਕਲਰ ਸਹੀ ਨਜ਼ਰ ਆਏ ਸ਼ਾਇਦ, ਇੱਥੇ ਅਜੇ ਵੀ ਨਹੀਂ ਸਹੀ ਆ ਰਿਹਾ, ਲਾਲ ਕੀ ਬਹੁਤ ਦੇ ਰਿਹਾ। ਚੰਗਾ ਭਲਾ ਬਟੇਰਾ ਕਬੂਤਰ ਵੀ ਹੋਏ ਉਹਨੂੰ ਜਿਹੜਾ ਕਮੱਗਰ ਬਣਾ ਛੱਡ।
ਦਿਖਾਉਂਦਾ ਇਹ ਇਹਦੀ ਜੈਨੂਅਨ ਕਲਰ ਦਾ ਸ਼ੇਡ ਆਇਆ ਇਹ ਲਾ ਦੇਖੋ ਤੁਹਾਨੂੰ ਸਲੇਟੀ ਕਲਰ ਨਜ਼ਰ ਆ ਰਿਹਾ ਵਿੱਚ ਅੱਖ 'ਚ ਇੱਕ ਦਿਨ ਕਿਛੋ ਕੁਛ ਇਹਨਾਂ ਦੀ ਸਿਰ ਦਾ ਸ਼ੇਡ ਵੀ ਦੇਖੋ ਸਲੇਟੀ ਸਲੇਟੀ ਹੈ ਇੱਕ ਦਿਨ ਯਾਰ ਜੁੰਮੇ ਰਾਤ ਨੂੰ ਜੁੰਮੇ ਰਾਤ ਵਾਲੇ ਦਿਨ ਤੁਹਾਨੂੰ ਦਿਖਾਵਾਂ ਕਰਾਂਗੇ ਸ਼ੌਕ ਸਹੀ ਤਰ੍ਹਾਂ ਮਜ਼ੇਦਾਰ ਕਿਉਂਕਿ ਜੁੰਮੇ ਰਾਤ ਨੂੰ ਸਾਡੇ ਜਿਹੜੇ ਭਰਾ ਹੁੰਦੇ ਮਖਰੂਰ ਰਾਤ ਨੂੰ ਹੁੰਦੇ ਨੇ ਜੁੰਮੇ ਵਾਲੇ ਦਿਨ ਦਿਖਾਵਾਂ ਕਰਾਂਗੇ ਕਿਉਂਕਿ ਪਰਦੇਸੀ ਭਰਾ ਸਾਡੇ ਜ਼ਿਆਦਾ ਜਿਹੜੇ ਨਾ ਜੁਆਇਨ ਕਰਦੇ ਨੇ ਜੁੰਮੇ ਰਾਤ ਦੀ ਸ਼ਾਮ ਅਤੇ ਜੁੰਮੇ ਨੂੰ ਠੀਕ ਹੈ ਪਰਸੋਂ ਬਹੁਤ ਅੱਛਾ ਰਿਜ਼ਲਟ ਹੈ ਮਾਸ਼ਾਅੱਲਾ ਇਹਨਾਂ ਦਾ ਮੈਂ ਪਹਿਲਾਂ ਇਹਨਾਂ ਨੂੰ ਨਾ ਸਾਂਭਦਾ ਰਿਹਾ ਵਾਂ ਕਿਉਂਕਿ ਬੜੀ ਪਿਆਰੀ ਚੀਜ਼ ਹੈ ਇਹਨਾਂ ਨੂੰ ਮੈਂ ਸਾਂਭਦਾ ਰਿਹਾ ਵਾਂ ਫਿਰ ਐਵੇਂ ਮੇਰੇ ਜ਼ਿਹਨ 'ਚ ਆਇਆ ਮੈਂ ਇਹਦੇ ਨਾਲ ਫੜ ਕੇ ਨਾ ਇੱਕ ਮੱਘਰ ਮਾਦੀ ਪਾ ਦਿੱਤੀ ਅਤੇ ਇਹਦੇ ਵੱਡੇ ਭਰਾ ਨਾਲ ਮੱਘਰ ਮਾਦੀ ਪਾ ਦਿੱਤੀ ਅਤੇ ਅੱਸੂ ਦੇ ਵਿੱਚ 6:35 ਕਿ 6:30 ਅਤੇ ਲਾਸਟ ਉਹਦੀ ਫਲਾਈਟ ਲੱਥੀ ਸੀ ਉਸੇ ਪਰਿੰਦੇ ਦੀ ਪਹਿਲੇ ਧੱਕੇ ਦਾ ਸੀ ਉਹ ਪੱਠਾ ਪੁੱਟ ਕੇ ਪਰਦਾ ਕੀਤਾ ਸੀ ਮੈਂ ਕਿਹਾ ਨਹੀਂ ਯਾਰ ਮਜ਼ਾ ਆਇਆ ਮੈਂ ਬਾਕੀ ਵੀ ਸਾਰੇ ਪਾ ਦਿੱਤੇ ਨੇ ਬਰੀਡਿੰਗ ਜਿੰਨੇ ਵੀ ਸਨ ਫੋਟੋ ਕਰਕੇ ਦੂਜੇ ਪਾਸੇ ਪਾ ਦਿੱਤੇ ਨੇ ਬਰੀਡਿੰਗ 'ਚ ਮਾਂ ਪਿਓ ਰਹਿਣ ਦਿੱਤਾ ਅਤੇ ਇੱਕ ਭੈਣ ਭਰਾ ਨੂੰ ਪਿਓਰ 'ਚ ਰਹਿਣ ਦਿੱਤਾ ਬਾਕੀ ਸਾਰੇ ਮੈਂ ਕ੍ਰਾਸ 'ਚ ਲਾ ਦਿੱਤੇ ਨੇ ਮੈਂ ਚਲੋ ਸਾਰੀ ਬਰੀਡਾਂ ਲੈ ਕੇ ਨਾ ਇੱਕ ਇੱਕ ਸਾਰੀਆਂ ਨਾਲ ਅੱਛੀ ਬਰੀਡਾਂ ਨਾਲ ਮੈਂ ਇਹਨੂੰ ਕ੍ਰਾਸ ਦੇ ਦਿੱਤਾ ਇਹਨਾਂ ਨੂੰ ਇਹ ਵੀ ਗੱਲ ਤੁਹਾਡੀ ਵਟਸਐਪ ਬਿਲਕੁਲ ਤੁਸੀਂ ਸਹੀ ਕਹੀ ਅੱਜ ਕੱਲ੍ਹ ਸਾਰੇ ਹੀ ਮੰਨਦੇ ਨੇ ਬਾਈ ਜਾਨ ਕੋਈ ਮੱਛਰੋਂ ਕਾ ਹੱਲ ਰੂੰਜੜ ਸਾਹਿਬ ਅੱਗੇ ਹੁਣੀ ਤਾਂ ਮੈਂ ਦੱਸਿਆ ਯਾਰ ਕਿਉਂ ਜਿਹਾ ਘਰਾਂ ਸਪਰੇਅ ਕਮਰਿਆਂ 'ਚ ਕਰਾਉਂਦੇ ਉਹ ਬੰਦਿਆਂ ਕੋਲੋਂ ਉਹ ਵਾਲਾ ਸਪਰੇਅ ਕਰਾਓ ਮੈਂ ਵੀ ਉਹੀ ਕਰਨਾ ਖੁੱਡਿਆਂ 'ਚ ਬਸ ਸੀਜ਼ਨ ਸ਼ੁਰੂ ਹੋਣ ਲੱਗਾ ਅਪ੍ਰੈਲ 'ਚ ਬਾਹਰ ਨਿਕਲਣ ਦਾ ਇਸ਼ੂ ਪਿਆ ਤਾਂ ਕਿ ਬਾਹਰ ਨਹੀਂ ਅਸੀਂ ਜਾ ਸਕਦੇ ਕਿਉਂਕਿ ਲਿਆਉਣਾ ਜ਼ਰਾ ਮੈਨੂੰ ਦੂਰੋਂ ਪੈਂਦਾ ਅੰਦਰੂਨ ਸ਼ਹਿਰ ਦੇ ਪਰਲੇ ਪਾਸੇ ਅਤੇ ਉਹ ਜੂੰ ਹੀ ਆ ਮੁੱਕਦਾ ਕੰਮ ਤਾਂ ਲਿਆ ਕੇ ਸਪਰੇਅ ਮੈਂ ਵੀ ਕਰ ਛੱਡਣਾ ਅਤੇ ਇਹ ਨਾ ਕਿਉਂ ਮੈਂ ਉਹਦੀ ਲਾਈਵ ਬਣਾ ਕੇ ਹੋਵਾਂ ਉਹਦੇ ਨਾਲ ਬੜੀ ਸੜਨ ਪੈਂਦੀ ਜੇ ਬਾਅਦ 'ਚੋਂ ਲੋ ਜੀ ਯਾਸਰ ਭੱਟ ਸਾਹਿਬ ਤੁਸੀਂ ਕਹਿ ਰਹੇ ਸੋ ਕਿ ਬੰਦ ਅੱਖ ਦਾ ਨਾਈਟ ਵਿਜ਼ਨ ਕਿੱਥੇ ਹੁੰਦਾ ਹਲਕੀ ਜੀ ਬੰਦ ਅੱਖ ਤੁਹਾਨੂੰ ਦਿਖਾਉਂਦੇ ਹਾਂ ਅਤੇ ਲੱਭੀ ਹੋਇਆ ਨਾਈਟ ਵਿਜ਼ਨ ਕਿੱਥੇ ਵੇ ਹੈ ਕਬੂਤਰਬਾਦਾਂ ਦੀ ਨਿਸ਼ਾਨੀ ਦੂਰੋਂ ਹੀ ਪਤਾ ਚੱਲ ਜੇ ਕਬੂਤਰਬਾਦ ਲੋ ਵੇਖਿਓ ਇਹ ਬੰਦ ਅੱਖ ਦਾ ਕਬੂਤਰ ਮੈਲੀ ਅੱਖ ਦਾ ਮੈਲੀ ਬੰਦ ਨਹੀਂ ਫੁੱਲ ਮੈਲੀ ਭਾਵੇਂ ਇਹਨੂੰ ਇੱਕ ਮੱਗਰ ਮੰਗਰਾਂ ਵਿਖਾ ਦੇ ਮੇਰਾ ਮੋਬਾਈਲ ਲਓ ਜੀ ਅਸਰ ਭੱਟ ਸਾਹਿਬ
ਲਓ ਜੀ ਯਾਸਰ ਭਾਈ, ਦੇਖੋ ਹੁਣ ਨਾਈਟ ਵਿਜ਼ਨ ਕਿੱਥੇ ਕਰਕੇ ਵੇਦਾ। ਤੁਸੀਂ ਸਿਆਣੇ ਹੋ, ਤੁਸੀਂ ਤਾਂ ਉਹਦੇ 'ਚ ਵੀ ਵੇਖ ਹੀ ਲਿਆ ਸੀ, ਤੁਸੀਂ ਸਿਰਫ ਕੁਐਸਚਨ ਮੈਨੂੰ ਕੀਤਾ ਸੀ। ਤੁਹਾਨੂੰ ਪਤਾ ਨਾਈਟ ਵਿਜ਼ਨ ਜਿਹੜਾ ਉਹ ਲੱਭ ਹੀ ਜਾਂਦਾ ਕਿੱਥੇ ਵੇ। ਇਹ ਜੀ ਵੱਡਾ ਚੂਹਾ ਬਟੇਰਾ ਮੇਰਾ, ਮਾਸ਼ਾਅੱਲਾ। ਲਓ ਜੀ ਅਲੀ ਭੱਟੀ ਸਾਹਿਬ ਕਹਿ ਰਹੇ ਵਾਲਕਮ ਸਲਾਮ ਜੀ। ਮੋਹਸਨ ਅਨਵਰ ਚੰਦੜ ਸਾਹਿਬ ਕਹਿ ਰਹੇ ਜੀ, ਕਹਾਂ ਹੈ ਡਾਬੂ ਵੀ ਨਹੀਂ ਯਾਰ, ਤੁਹਾਡੀ ਨਹੀਂ ਸਮਝ ਲੱਗੀ ਕੀ ਲਿਖਿਆ ਤਾਂ ਡਾਬੂ ਵੀ। ਮੁਹੰਮਦ ਤਾਰਕ ਸਾਹਿਬ ਜੀ ਵਾਲਕਮ ਸਲਾਮ। ਸਾਜੀ ਖਰਾਲ, ਚੂਹਾ ਜਾਂ ਬਟੇਰਾ ਬਾਈ? ਚੂਹਾ ਬਟੇਰਾ, ਠੀਕ ਹੈ ਜੀ, ਚੂਹਾ ਬਟੇਰਾ ਬਰੀਡ, ਚੂਹਾ ਬਟੇਰਾ। ਮੁਹੰਮਦ ਤਾਰਕ ਸਾਹਿਬ ਜੀ ਬਹੁਤ ਸ਼ੁਕਰੀਆ, ਮਾਸ਼ਾਅੱਲਾ। ਯਾਸਰ ਬਾਟ ਸਾਹਿਬ ਤੁਹਾਡੇ ਹੀ ਪਰਿੰਦੇ ਨੇ ਯਾਰ ਹੈ, ਇਹ ਯਾਸਰ ਬਾਟ ਸਾਹਿਬ ਸਾਡੇ ਬੜੇ ਪਿਆਰ ਵਾਲੇ ਨੇ ਜੀ ਇੰਗਲੈਂਡ ਤੋਂ, ਮਾਸ਼ਾਅੱਲਾ ਬੜੇ ਪਿਆਰ ਵਾਲੇ ਸਾਡੇ ਬੰਦੇ ਨੇ ਅਤੇ ਬੜੇ ਪੁਰਾਣੇ ਸਾਡੇ ਦੋਸਤ ਵੀ ਨੇ, ਵੀਵਰ ਸਾਡੇ, ਬਾਅਦ 'ਚੋਂ ਨੇ ਪਹਿਲਾਂ ਸਾਡੇ ਦੋਸਤ ਨੇ ਜੀ। ਹੁਸਨੈਨ ਬਾਟ ਸਾਹਿਬ ਬਾਈ ਜੀ ਕੈਸੇ ਹੋ, ਏ ਵਨ ਫਸਟ ਕਲਾਸ ਅਲਹਮਦੁਲਿਲਾ। ਜ਼ਹੂਰ ਸ਼ਾਹ ਸਾਹਿਬ ਜੀ ਵਾਲੇਕਮ ਅਸਲਾਮ। ਯੂ ਆਰ ਗ੍ਰੇਟ ਮੈਨ ਸਰ। ਮੈਂ ਕਿੱਥੇ ਗ੍ਰੇਟ ਹਾਂ, ਅਤੇ ਤੁਹਾਡਾ ਪਿਆਰ ਹੈ, ਤੁਹਾਡੀ ਚਾਹਤ ਹੈ, ਤੁਹਾਡੀ ਮਿਆਨਾ ਰਵੀਏ, ਹੁਸਨੇ ਨਿਗਾਹ ਤੁਹਾਡੀ, ਕਿ ਮੈਨੂੰ ਤੁਸੀਂ ਇਸ ਕਾਬਲ ਸਮਝਦੇ ਹੋ ਜੀ। ਮੁਹੰਮਦ ਅਫਜ਼ਲ ਸਾਹਿਬ ਜੀ ਵਾਲੇਕਮ ਅਸਲਾਮ। ਮਕਸੂਦ ਜੱਟ ਸਾਹਿਬ, ਬਾਈ ਜਾਨ ਕਿਆ ਹਾਲ ਹੈ, ਏ ਵਨ ਫਸਟ ਕਲਾਸ ਜੀ ਅਲਹਮਦੁਲਿਲਾ। ਵੈਸ਼ੀ ਕਬੂਤਰੋਂ ਕੀ ਪਹਿਚਾਨ ਕਿਆ ਹੈ? ਬਿਲਕੁਲ ਚਿੱਟੇ ਹੁੰਦੇ ਨੇ ਜੀ, ਪੂਛਲ ਦੇ ਵਿੱਚ ਉਹਨਾਂ ਦੀ ਇੱਕ ਜਾਂ ਦੋ ਕਾਲਾ ਪੱਤਰ ਵੀ ਆ ਜਾਂਦਾ, ਚਿੜੀ ਉਹਨਾਂ ਦੀ ਲਾਜ਼ਮ ਕਾਲੀ ਆਉਂਦੀ ਹੈ, ਕਾਲੀ ਨੋਕ, ਕਾਲੇ ਪੰਜੇ, ਵੱਡੇ ਸਿਰ ਦੇ, ਵੱਡੀ ਧੌਣ ਦੇ, ਉੱਚੇ ਕਬੂਤਰ ਮੈਂ ਹਜੇ ਤੱਕ ਨਹੀਂ ਵੇਖੇ ਆਪਣੀ ਜ਼ਿੰਦਗੀ 'ਚ। ਕੋਈ ਆਇਆ ਸੀ ਮੇਰੇ ਕੋਲ, ਬੜੀ ਦੁਨੀਆ ਦੇ ਮਗਰ ਪੈ ਗਈ ਸੀ ਉਦੋਂ, ਮੈਂ ਤਕਰੀਬਨ 16-17 ਸਾਲਾਂ ਦਾ ਸਾਂ, ਅਤੇ ਫਿਰ ਕੱਢਣੇ ਪਏ ਕਬੂਤਰ, ਘਰ ਵਾਲੇ ਸਾਡੇ ਨਹੀਂ ਸਨ ਰੱਖਣ ਦਿੰਦੇ, ਹਜੇ ਵੀ ਮੁਖਾਲਫ ਨੇ ਭਾਈ ਜੀ, ਉਦੋਂ ਫਿਰ ਕੱਢਣੇ ਪਏ, ਉਹ ਵੀ ਵਿੱਚ ਟੁਰ ਗਿਆ, ਬੜਾ ਦੁੱਖ ਲੱਗਾ। ਨਹੀਂ ਉਹ ਗਿਆ ਨਹੀਂ ਸੀ, ਉਹ ਸਾਡੇ ਘਰ ਵਾਲਿਆਂ ਚੁੱਕ ਕੇ ਨਾ ਵਾਲਦਾ ਨੇ ਦੇ ਛੱਡਿਆ, ਕੋਈ ਉਹਨਾਂ ਦੀ ਸਹੇਲੀ ਸੀ, ਉਹਦੀ ਭੈਣ ਉਹਨੇ ਖਾਧਾ, ਬਿਮਾਰ ਹੋ ਗਈ। ਮੈਂ ਕਿਹਾ ਲੱਗੀ ਸਾਡੀ ਬਦਦੁਆ, ਸਾਡਾ ਵੈਸ਼ੀ ਖਾਧਾ। ਉਸ ਤੋਂ ਬਾਅਦ ਮੈਂ ਅੱਜ ਤੱਕ ਉਸ ਤਰ੍ਹਾਂ ਦਾ ਵੈਸ਼ੀ ਨਹੀਂ ਦੇਖਿਆ, ਜਾਂ ਜਿਹੜੇ ਚਿੱਟੇ ਵੈਸ਼ੀ ਸਾਡੇ ਹੁੰਦੇ ਸਨ ਸਿਆਲਕੋਟ ਦੇ, ਮੈਂ ਅਜੇ ਤੱਕ ਨਹੀਂ ਦੇਖੇ। ਵੈਸ਼ੀ ਹੈ ਨਾ ਲੋਕਾਂ ਕੋਲ, ਕਿਸੇ ਕੋਲ 60, ਕਿਸੇ ਕੋਲ 70%, ਕਿਸੇ ਕੋਲ 71%, ਕਿਸੇ ਕੋਲ 68%, ਇੰਝ ਕਰਕੇ। ਵੈਸੇ ਅਰਸਾ ਹੋ ਗਿਆ ਕਿ ਮੈਂ ਵੈਸ਼ੀ ਪਿਓਰ 'ਚ ਨਹੀਂ ਵੇਖਿਆ, ਠੀਕ ਹੈ ਜੀ। ਨਾਜ਼ਮ ਨਸੀਮ ਸਾਹਿਬ ਜੀ ਬਹੁਤ ਸ਼ੁਕਰੀਆ ਜਨਾਬ। ਬਾਈ ਜਾਨ ਸਾਹਿਬ, ਗੁਲਜ਼ਾਰ ਅਹਿਮਦ ਸਾਹਿਬ, ਬਾਈ ਜਾਨ ਸਭ ਸੇ ਜ਼ਿਆਦਾ ਵਾਪਸੀ ਕਿਸ ਨਸਲ ਮੇ ਹੈ? ਵਾਪਸੀ ਦੀ ਗੱਲ ਕਰਦੇ ਨਾ, ਵਾਪਸੀ ਦੀ ਗੱਲ ਤਾਂ ਚੂਹੇ ਅਤੇ ਟੁਣੀਆਂ, ਵਾਪਸੀ ਇਹਨਾਂ 'ਚ ਜ਼ਿਆਦਾ। ਜਿੱਥੇ ਟੁਣੀਆਂ ਟੱਚ ਹੋਏ, ਜਿੱਥੇ ਵੈਸ਼ੀ ਟੱਚ ਹੋਏ, ਵੈਸ਼ੀ ਨਹੀਂ ਯਾਰ, ਵੈਸ਼ੀ ਨਹੀਂ ਚੂਹਾ, ਜਿੱਥੇ ਚੂਹਾ ਟੱਚ ਹੋਏ, ਜਿੱਥੇ ਟੁਣੀਆਂ ਟੱਚ ਹੋਏ, ਉੱਥੇ ਵਾਪਸੀ ਜ਼ਿਆਦਾ। ਉਮਰ ਰਿਆਜ਼ ਸਾਹਿਬ ਜੀ ਵਾਲੇਕਮ ਅਸਲਾਮ। ਮੁਖਤਾਰ ਹੁਸੈਨ ਸਾਹਿਬ ਜੀ ਵਾਲੇਕਮ ਅਸਲਾਮ। ਉਮਰ ਰਿਆਜ਼ ਸਾਹਿਬ ਜੀ ਕੈਸੇ ਹੈ? ਏ ਵਨ ਫਸਟ ਕਲਾਸ ਜੀ ਅਲਹਮਦੁਲਿਲਾ। ਬਿੱਲੂ ਬੱਟ ਸਾਹਿਬ ਜੀ ਵਾਲੇਕਮ ਅਸਲਾਮ।
मलक मलक साहब, सियाल कोटी कबूतरों में सबसे अच्छे कौन से हैं? भाजी माँ प्यो नू सारी औलाद प्यारी होंगी है, सारे ही अच्छे ने, कोई कबूतर किसी तो घट नहीं। साढ़े सियालकोटी परिंदे सारे तकरीबन एक दूजे ना मिल के बने देने, चूहा मोतियां वाला, जम सिरे, बटेरे, छत आले, लाल मोतियां वाले, सब्ज़ मोतियां वाले, दियोबंद मोतियां वाले, वैशी टुनिया, बेशमार्क। मैनू याद है मैं अगले दिन बह के काउंट कर रहा सा, तकरीबन 30 to 35 ब्रीडा ने सियालकोट दियाँ, समझ गए हो? पाकिस्तान सब तो ज़्यादा ब्रीड सियालकोट के शहर दी है, जिन्ना अपना लोहा मनवाया था, तो जेड़े उड्डे दे ने ना रखन, तो मैं लैके टैडी तो नाम ही रख लाँगा, ठीक है ना, वह नाम ही बलकीस धर देंगे, माझा रख छड़ांगे, ना समझ गए, नाम रखने नहीं होता। एक ब्रीड जी है ना, वो ब्रीड नू थेंटिक कराने लिए टाइम लगता है, उन्होंने मनवाने लिए टाइम लगता है। सफीर फरीदी साहब जी, वालेकम असलाम, गुलजार अहमद साहब कह रहे हैं बहुत शुक्रिया जी, वेलकम जी, वेलकम। उमर रिया साहब जी, भाई वैशी की आँख भी चूहे से नहीं भाईजन, बिल्कुल नहीं, चूहे ना बिल्कुल नहीं मना, चिट्टिया अखा होंगे ने वैशी दियाँ, बिल्कुल चिट्टिया अखा, बरीक धीरी नुकता बरीक होंगे, चूहे तो अख ही होर होंगी है, वैशी की अख ही होर होंगी है। प्योर कबूतर का शौक करवा दें, और ना करया करो यार, हूँ तो नेरा पै गया, हूँ तो मैं मेरी शक्ल नहीं सही नज़र भी आती, कबूतर की कितों आनी सही नज़र। कहना मैं लाइट च ला लवा जरा, लो जी प्योर सुंदरा, हैप्पी शर्मा जी, मेरे वालों जवाब ही जे, बस पूछिया कि चीज़ का जवाब है तुसा। मलक बाबर पैरागॉन सिटी लाहौर से जी, मलक साहब मैं सर जानना, मैनू कहन की जरूरत ही नहीं, तुहानू मैं तुहानू केड़ा नहीं जानता जनाब, मलक मलक साहब तुहाडी आईडी है जी। मलक बाबर साहब भी बड़े साढ़े प्यार वाले ने, बड़े प्या पुराने बीबर ने साढ़े। लो जी प्योर सुंदरा, तुसी कैसी कि प्योर दिखा दो, हेलो जी सियालकोटी है नसल प्योर, ठीक है जी। ये अल्लाह जन्नत नसीब करे भाई अनवर सईद साहब दे कबूतर ने जी, ए उन्होंने गिफ्ट सी, उन्होंने पसंदीदा कबूतर सन, तो मने हुए ने सियालकोट जो उन्होंने कबूतर सुंदरे, उन्होंने वड्डा जोड़ा सी, तो वो पट्ठे पट्ठिया मेरे को, क्योंकि वह मर गया मेरे को, ठीक है जी। देखो अख क्लीयर नहीं जा रहा है, क्योंकि हूँ टाइम बदल गया, तो देखो ना लालगी आ रही है ना कि अख नीली है, नीला हिटते
ਲੋਕ ਇਹਦੀ ਸਫੇਦ ਹੈ ਅਤੇ ਬਰਾਊਨ ਨਜ਼ਰ ਆਉਣ ਡਈ ਹੈ, ਕਿਉਂਕਿ ਹੁਣ ਹਨੇਰਾ ਹੋ ਗਿਆ ਤਾਂ ਕੁਛ ਵੀ ਸਹੀ ਨਜ਼ਰ ਨਹੀਂ ਆਉਣਾ। ਸ਼ਾਇਦ ਤੁਹਾਨੂੰ ਸਹੀ ਵੀ ਨਜ਼ਰ ਆਉਂਦੀ ਹੋਏ ਅਤੇ ਮੈਨੂੰ ਮੋਬਾਈਲ 'ਚ ਨਾ ਸਹੀ ਨਜ਼ਰ ਆਉਂਦੀ ਹੋਈ, ਹੋ ਸਕਦਾ। ਯਾਰ ਮੈਂ ਉੱਥੇ ਅੰਦਰ ਖੜਨਾ ਵਾਂ, ਠਹਿਰ ਜਾਓ, ਕਿਉਂਕਿ ਉੱਥੇ ਲਾਈਟ ਚੱਲ ਰਹੀ ਅੰਦਰ, ਹੋ ਸਕਦਾ ਉੱਥੇ ਰੋਸ਼ਨੀ ਸਹੀ ਪੈ ਜੇ। ਇੱਥੇ ਇੱਥੇ ਕਰਦੇ ਹਾਂ, ਇੱਥੇ ਹੋਰ ਲਾਲ ਹੋ ਗਈ ਹੈ। ਇਹਦੀ ਅੱਖ ਦੇ ਵਿੱਚ ਬਿਲਕੁਲ ਲਾਲ ਗਈ ਹੈ, ਨਹੀਂ ਮਗਰ ਇੱਥੇ ਲਾਲ ਨਜ਼ਰ ਆ ਰਹੀ ਹੈ। ਇਹਨਾਂ ਦਾ ਮੈਂ ਦੂਜੇ ਤੀਜੇ ਧਾਕੇ ਦਾ ਬੱਚਾ ਵੀ ਬਾਹਰ ਕੱਢ ਕੇ ਛੱਡਿਆ ਨਾ, ਅਤੇ ਅਲਹਮਦੁਲਿਲਾ ਉਹ ਤੀਜੀ ਚੌਥੀ ਫਿਰ 'ਚ ਸਮਾਨੇ ਅਤੇ ਟਾਈਮ ਕਰਕੇ ਆਉਂਦਾ। ਇਹ ਐਡੇ ਮਜ਼ੇਦਾਰ ਕਬੂਤਰ ਨੇ ਉਹਨਾਂ ਦੇ, ਅੱਲਾ ਜਨ ਸੀ ਕਰੇ ਉਸਤਾਦ ਅਨਵਰ ਸਿੰਘ ਭਾਈਆ ਸਾਹਿਬ ਦੇ। ਇਹਦਾ ਇੱਕ ਹੋਰ ਭਰਾ ਦੇ ਅੰਦਰ ਮੈਂ ਵੀ ਤੁਹਾਨੂੰ ਦਿਖਾਉਂਦਾ। ਵੱਡਾ ਭਰਾ ਉਹਦਾ ਜੀ, ਯੂਟਿਊਬ ਚੈਨਲ ਮੇਰੇ ਨੂੰ ਸਬਸਕ੍ਰਾਈਬ ਲਾਜ਼ਮ ਕਰੋ, ਸ਼ੇਅਰ ਕਰੋ, ਬੈੱਲ ਆਈਕਾਨ ਨੂੰ ਲਾਜ਼ਮ ਦਬਾਓ। ਇਹ ਉਹਦਾ ਵੱਡਾ ਭਰਾ ਨਜ਼ਰ ਆ ਰਿਹਾ ਹੋਣਾ, ਨੋਕ ਤਾਂ ਜੀ ਸਹੀ ਨਜ਼ਰ ਪਈ ਆਉਂਦੀ ਹੈ। ਠੀਕ ਹੈ ਜੀ, ਇੱਥੋਂ ਤੁਹਾਨੂੰ ਫੀਲ ਹੋ ਗਿਆ ਨਾ ਕਿ ਨੋਕ ਦੀ ਇਹਨਾਂ ਦੀ ਸਫੇਦ ਹੈ, ਬਿਲਕੁਲ ਸਫੇਦ ਪੰਜੇ ਨਾਖੁਨ, ਸਫੇਦ ਸਫੇਦ ਨੋਕ। ਠੀਕ ਹੈ ਜੀ, ਪਰਦਾ ਟਿਸ਼ੂ ਬਹੁਤ ਬਰੀਕ ਹੈ, ਬਹੁਤ ਹੀ ਬਰੀਕ ਅਤੇ ਨਫੀਸ ਟਿਸ਼ੂ ਨੇ ਇਹਨਾਂ ਦੇ। ਦੇਖੋ ਨਜ਼ਰ ਆ ਰਿਹਾ ਹੋਣਾ ਤੁਹਾਨੂੰ, ਥੱਲੋਂ ਮੇਰੀ ਉਂਗਲੀ ਵੇਖੋ ਨਜ਼ਰ ਆ ਰਹੀ ਤੁਹਾਨੂੰ, ਦੇਖੋ ਗੌਰ ਕਰੋ ਕਿ ਐਡੇ ਬਰੀਕ ਟਿਸ਼ੂ ਨੇ ਇਹਨਾਂ ਦੇ। ਇਹ ਹੀ ਬਰੀਡਰਾਂ ਦੀ ਪਛਾਣ ਇਹ ਹੁੰਦੀ ਜੇ, ਇਹ ਨਜ਼ਰ ਆ ਰਿਹਾ ਉਂਗਲੀ ਥੱਲੋਂ ਮੇਰੀ ਸਾਰੀ ਤੁਹਾਨੂੰ। ਲਓ ਜੀ ਦੋਸਤੋ, ਹੋ ਗਈਆਂ ਨੇ ਸ਼ੁਰੂ, ਅਤੇ ਇਜਾਜ਼ਤ ਲਈ ਹੈ ਹੁਣ ਤੁਹਾਡੇ ਕੋਲੋਂ, ਇਨਸ਼ਾਅੱਲਾ ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਜਿੰਨੇ ਦਿਨ ਵੀ ਸਾਡੇ ਹੈ ਨੇ ਲਾਕਡਾਊਨ ਦੇ, ਸਭ ਭਰਾ ਗੱਲਾਂ ਪਤਾ ਕਰਾਂਗੇ, ਇੰਜੋਏ ਕਰਾਂਗੇ, ਸ਼ੌਕ ਕਰਾਂਗੇ, ਅਤੇ ਮਜ਼ੇ ਮਜ਼ੇ ਦੀ ਇਨਫੋਰਮੇਸ਼ਨਾਂ ਤੁਹਾਨੂੰ ਦਿਆਂਗੇ। ਅਤੇ ਹਾਲਾਤ ਠੀਕ ਹੁੰਦੇ ਨੇ ਤਾਂ ਤੁਹਾਨੂੰ ਸ਼ੌਕ ਵੀ ਕਰਵਾਵਾਂਗੇ, ਉਸਤਾਦਾਂ ਦੇ ਨਾਲ ਮੁਲਾਕਾਤਾਂ ਵੀ ਕਰਾਵਾਂਗੇ। ਇੱਕ ਮੈਂ ਆਪਣਾ ਕਰ ਰਿਹਾ ਵਾਂ ਪ੍ਰੋਗਰਾਮ ਸਟਾਰਟ ਕੀਤਾ ਤਾਂ ਬਰੀਡਾਂ ਦੇ ਬਾਰੇ 'ਚ, ਉਹ ਵੀ ਇਨਸ਼ਾਅੱਲਾ ਖੋਜ ਉਹਦਾ ਨਾਂ ਰੱਖਿਆ ਤਾਂ ਉਹ ਵੀ ਯੂਟਿਊਬ 'ਤੇ ਤੁਹਾਨੂੰ ਮਿਲਣ ਕਰਨਗੀਆਂ ਵੀਡੀਓ ਮੇਰੀਆਂ ਸਾਰੀਆਂ, ਬਰੀਡਾਂ ਦੇ ਬਾਰੇ 'ਚ ਇਨਫੋਰਮੇਸ਼ਨ ਲੈਣੀ ਕਿਹੜੇ ਜੋੜੇ ਨਾਲ ਬਣੀ ਦੀ ਹੈ, ਕਿਹੜੀ ਕਿਹੜੀ ਬਰੀਡ ਇਹਦੇ 'ਚ ਇਨਵੋਲਵ ਹੈ ਇਸ ਨਸਲ 'ਚ। ਅਤੇ ਉਸ ਵਾਸਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਸੁਲਤਾਨ ਸਰੋਇਆ ਬਾਰਾਏ ਬਾਏ ਓਰੀਜਨਲ ਨਸਲੇ। ਠੀਕ ਹੈ ਜੀ, ਅਤੇ ਬਾਕੀ ਤਾਂ ਗੱਲਾਂ ਨੇ, ਤੁਹਾਨੂੰ ਇਸ ਚੈਨਲ 'ਤੇ ਤੁਹਾਨੂੰ ਸਿੱਖਣ ਨੂੰ ਮਿਲੇਗਾ ਇਨਸ਼ਾਅੱਲਾ। ਠੀਕ ਹੈ ਜੀ, ਮੈਡੀਕੇਸ਼ਨ ਨੁਸਖੇ ਬਰੀਡਿੰਗ ਦੇ ਬਾਰੇ 'ਚ, ਪਰਵਾਜ਼ ਦੇ ਬਾਰੇ 'ਚ ਤੁਹਾਨੂੰ ਨੌਲੇਜ ਮਿਲੇਗਾ। ਜਿੰਨੇ ਵੀ ਭਰਾਵਾਂ ਨੇ ਜੁਆਇਨ ਕੀਤਾ ਜੀ, ਟੇਕ ਕੇਅਰ, ਨਮਾਜ਼ ਕਾ ਟਾਈਮ ਜੀ। ਮਲਿਕ ਸਾਹਿਬ, ਬਾਬਰ ਬਾਈ, ਬਹੁਤ ਸ਼ੁਕਰੀਆ ਜਨਾਬ ਤੁਹਾਨੂੰ ਜੁਆਇਨ ਕਰਨ ਦਾ ਅੱਜ। ਜਿੰਨੇ ਵੀ ਮੇਰੇ ਵੀਰ ਨੇ ਜਿਨ੍ਹਾਂ ਜਿਨ੍ਹਾਂ ਜੁਆਇਨ ਕੀਤਾ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਆਪਣਾ ਬਹੁਤ ਬਹੁਤ ਖਿਆਲ ਰੱਖਿਓ ਜੀ। ਸਟੇ ਐਟ ਹੋਮ, ਸੇਵ ਐਟ ਹੋਮ। ਠੀਕ ਹੈ ਜੀ, ਕਾਰ 'ਚ ਮਹਫੂਜ਼ ਰਹੋ, ਅੱਲਾ ਹਾਫਿਜ਼ ਅਤੇ ਰੱਬ ਰਾਖਾ ਜੀ। ਅਸਲਾਮ ਵਾਲੇਕਮ।